ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਨ ਸਿੰਘ ਦਾ ਨਿਆ ਵੀ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੁੜ ਤੋਂ ਸਾਂਝ ਪਾ ਰਹੇ ਹਾਂ ਜੀ ਤੇ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ ਇਸ ਸਿਲਸਿਲੇ ਵਿੱਚ ਜੁੜਨਗੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰ ਇਸ ਤੋਂ ਪਹਿਲਾਂ ਆਪਾਂ ਤੁਹਾਨੂੰ ਉਹਨਾਂ ਵੀਰਾਂ ਲਈ ਪਰਿਵਾਰਾਂ ਲਈ ਖਾਸ ਸੁਨੇਹਾ ਜਿਨ੍ਹਾਂ ਦੇ ਬੱਚੇ ਅਮਰੀਕਾ ਔਖੇ ਸੌਖੇ ਪਹੁੰਚ ਗਏ ਨੇ ਤੇ ਉਹਨਾਂ ਨੂੰ ਉੱਥੇ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਹੈ ਤਾਂ ਅਮੀ ਗੱਲ ਹੋਰਾਂ ਦੇ ਨਾਲ 2126192859 ਜਾਂ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਦੇ ਨਾਲ 7186121118 ਤੇ ਕਾਲ ਕਰ ਸਕਦੇ ਹੋ ਨਵੇਂ ਬਿਜ਼ਨਸ ਜਾਂ ਐਗਜ਼ਿਸਟਿੰਗ ਬਿਜ਼ਨਸ ਜਾਂ ਤੁਹਾਡੇ ਪਰਸਨਲ ਟੈਕਸੇਸ ਜਾਂ ਅਕਾਊਂਟਸ ਦੀ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਹੈ ਹੈਲਪ ਚਾਹੀਦੀ ਹੈ ਤਾਂ 24915104 ਐਵੇਨਿਊ ਕੈਂਟ ਵਿਸ਼ਿੰਗਟਨ 'ਚ ਮੌਜੂਦ ਨੇ ਜੀ ਐਕੂਰੇਟ ਅਕਾਊਂਟਸ ਐਂਡ ਟੈਕਸੇਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰੀ 253520886 ਤੇ ਦਫਤਰੀ ਸਮੇਂ ਮਤਾਬਕ ਤੁਸੀਂ ਕਾਲ ਕਰ ਸਕਦੇ ਹੋ ਸ਼ਟਲ ਦੀ ਸਭ ਤੋਂ ਟਰੱਸਟਡ ਟਰਕਿੰਗ ਕੰਪਨੀ ਵਿਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਜਗਦੇਵ ਸੰਧੂ ਹਰਾਂ ਨੂੰ 2532666924 ਜਾਂ ਗੁਰਵਿੰਦਰ ਢਾਲੀਵਾਲ ਨਾਲ 2063544060 ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਹਰੀ ਚਲੋ ਸਭ ਸਭ ਤੋਂ ਪਹਿਲਾਂ ਤਾਂ ਸ਼ੁਭ ਕਰਮਨ ਸਿੰਘ ਦੇ ਕਤਲ ਦੀ ਗੱਲ ਕਰਦੇ ਆ ਤੇ ਉਧਰ ਪੰਜਾਬ ਦੀਆਂ ਸਿਆਸੀ ਧਿਰਾਂ ਜਿਹੜੀਆਂ ਨੇ ਕਿ ਉਹ ਧਿਰ ਬਣੀਆਂ ਜਾਂ ਅਜੇ ਵੀ ਕੱਖੜੀਆਂ ਕਰੇਲੇ ਆ ਜਾਂ ਸਭ ਤੋਂ ਵੱਡਾ ਅਫਸੋਸ ਇਹ ਹੈ ਕਿ ਹਾਲੇ ਤੱਕ ਕਿਸਾਨ ਜਥੇਬੰਦੀਆਂ ਸਮੁੱਚੇ ਰੂਪ ਦੇ ਵਿੱਚ ਧਿਰ ਨਹੀਂ ਬਣੀਆਂ ਜੀ ਸਿਆਸੀ ਪਾਰਟੀਆਂ ਤਾਂ ਮਗਰੋਂ ਆਉਂਦੀਆਂ ਮਗਰੋਂ ਆਉਂਦੀਆਂ ਜਿਹੜਾ ਇਹ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ ਇਹ ਪੰਜਾਬ ਦੀਆਂ ਦੋ ਵੱਡੀਆਂ ਕਿਸਾਨ ਜਥੇਬੰਦੀਆਂ ਹੂੰ ਹੂੰ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਜੀ ਤੇ ਦੂਜੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਵਾਲੀ ਜੀ ਦੋਹਾਂ ਨੇ ਅਲੱਗ-ਅਲੱਗ ਫਰੰਟ ਬਣਾਏ ਹੋਏ ਹੂੰ ਹੂੰ ਡੱਲੇਵਾਲ ਹੋਰ ਨੇ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚਾ ਬਣਾਇਆ ਜੀ ਉਹਨਾਂ ਨੇ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਹੂੰ ਹੂੰ ਕਹਿੰਦੇ ਆ ਜੀ ਸਾਡੇ ਨਾਲ ਸ ਬਹੁਤ ਸਾਰੀਆਂ ਜਥੇਬੰਦੀਆਂ ਹੋਰ ਹੋਰ ਵੀ ਹੈਗੀਆਂ ਜਦੋਂ ਇਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਹੈ ਹੂੰ ਹੂੰ ਇਹ ਇਹਨਾਂ ਨੂੰ ਵੀ ਪਤਾ ਸੀ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਬੇਚੈਨ ਹੈ ਜੀ ਇਹ ਵਿੱਚ ਇੰਨੀ ਜਿਹੜੀ ਪੰਜਾਬ ਦੀ ਇਹ ਵਿੱਚ ਇੰਨੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ ਜੀ ਤਾਂ ਉਹ ਠੀਕ ਦਿਸ਼ਾ ਦੇ ਵਿੱਚ ਆਪਾਂ ਆਰਗੇਨਾਈਜ਼ ਕਰ ਤਾ ਉਹ ਪੋਜ਼ਿਟਿਵ ਹੁੰਦੀ ਹੈ ਨਹੀਂ ਉਹ ਨੈਗੇਟਿਵ ਹੋ ਜਾਂਦੀ ਹੈ ਹਮ ਹਰ 15 ਸਾਲਾਂ ਬਾਅਦ ਪੰਜਾਬ ਦੇ ਵਿੱਚ ਕੁਝ ਨਾ ਕੁਝ ਹੁੰਦਾ ਜਿੰਨੀ ਇੱਕ ਮੇਰੀ ਸੁਰਤ ਹੈ ਮੈਂ ਆਪਣੀ ਉਹ ਸੁਰਤ ਦੇ ਵਿੱਚ ਦੇਖਿਆ ਜੀ ਕਾਰਨ ਇਹ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਉਸ ਬਾਕੀ ਭਾਰਤ ਦੇ ਮੁਕਾਬਲ ਤਨ ਜ਼ਿਆਦਾਤਰ ਸੁਚੇਤ ਹੈ ਸੁਚੇਤ ਨੇ ਕੁਝ ਲੋਕੇ ਕਹਿੰਦੇ ਕਿ ਤਾਂ ਜੀ ਖਾਂਦੇ ਪੀਂਦੇ ਦੜੰਗੇ ਮਾਰਦੇ ਹਮ ਹਮ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਕੱਲੀ ਇਹ ਹੀ ਗੱਲ ਨਹੀਂ ਅਸੀਂ ਆਜ਼ਾਦੀ ਦੇ ਜੰਗ ਦੀ ਗੱਲ ਦੇਖੀ ਤੇ ਆਜ਼ਾਦੀ ਤੋਂ ਬਾਅਦ ਦੀ ਗੱਲ ਦੇਖੀ ਕਿ ਬਾਅਦ ਦੀ ਗੱਲ ਹੈ ਚਾਹੇ ਡਵੈਲਪਮੈਂਟ ਦਾ ਸਵਾਲ ਹੋਵੇ ਤੇ ਚਾਹੇ ਇਸ ਮੁਲਕ ਨੂੰ ਆਜ਼ਾਦ ਕਰਾਉਣ ਦਾ ਸਵਾਲ ਹੋਵੇ ਤੇ ਚਾਹੇ ਇਸ ਮੁਲਕ ਨੂੰ ਜਿਹੜਾ ਅੰਨ ਦੇ ਸੰਕਟ ਵਿੱਚੋਂ ਕੱਢਣ ਦਾ ਮਾਮਲਾ ਹੋਵੇ ਇਹਦੇ ਵਿੱਚ ਪੰਜਾਬੀਆਂ ਨੇ ਹੀ ਲੀਡ ਲੀ ਬਿਲਕੁਲ ਠੀਕ ਹੈ ਇਸ ਕਰਕੇ ਸੋ ਉਹਨਾਂ ਨੇ ਕਿਉਂਕਿ ਕਈ ਵਾਰੀ ਆਪਾਂ ਹੁੰਦਾ ਹੈ ਕਿ ਜਦੋਂ ਮਖਿਆਲ ਚੁਣੇ ਹਨ ਨਾ ਹੂੰ ਹੂੰ ਉਹ ਬੰਦਾ ਡੂਮਣੀਆਂ ਮੱਖੀਆਂ ਛੇੜ ਬੈਂਦੇ ਹੈ ਕਈ ਉਹਨਾਂ ਨੂੰ ਟੈਕਲ ਨਹੀਂ ਕਰਨਾ ਟੈਕਲ ਨਹੀਂ ਕਰਨਾ ਜੇ ਤਾਂ ਤੁਹਾਨੂੰ ਤਰੀਕਾਕਾਰ ਆਉਂਦਾ ਤੁਸੀਂ ਤੇ ਮੱਖੀਆਂ ਛੱਤੇ ਤੇ ਬੈਠੇ ਰਹਿੰਦੇ ਸਾਰਾ ਛੱਤਾ ਖਾਲੀ ਕਰ ਲੈਣਾ ਸਾਰਾ ਕੱਢ ਲੈਣੀ ਆਪਾਂ ਸਾਰਾ ਤੇ ਨਹੀਂ ਤਾਂ ਫਿਰ ਜਿਹੜਾ ਥੋੜਾ ਮੂੰਹ ਸਿਰ ਸੋਝ ਜਾਂਦਾ ਉਹੀ ਸਥਿਤੀ ਇੱਥੇ ਹੋਈ ਹੂੰ ਹੂੰ ਕਿਉਂਕਿ ਸਮੂੱਚੇ ਕਿਸਾਨ ਸੰਯੁਕਤ ਸੰਯੁਕਤ ਕਿਸਾਨ ਮੋਰਚੀ ਦੀ ਜੀ ਆਪਾਂ ਗੱਲ ਕਰੀਏ ਭਾਵੇਂ ਭਾਰਤ ਪੱਦਰ ਦੇ ਉੱਤੇ ਉਹਦਾ ਸਰੂਪ ਹੈ ਹੂੰ ਹੂੰ ਲੇਕਿਨ ਉਹਦੀ ਅਗਵਾਈ ਪੰਜਾਬ ਦੀਆਂ ਤਰ੍ਹਾਂ ਕਰਦੀ ਜੀ ਤੇ ਪੰਜਾਬ ਦੀਆਂ ਧਿਰਾਂ ਦੇ ਵਿੱਚੋਂ ਜਿਹੜੀਆਂ ਵੱਡੀਆਂ ਧਿਰਾਂ ਜਿਨ੍ਹਾਂ ਨੂੰ ਗੱਲਬਾਤ ਆਉਂਦੀ ਹੈ ਜਿਹੜੇ ਨੇਗੋਸ਼ੀਏਸ਼ਨ ਕਰ ਸਕਦੇ ਉਹਨਾਂ ਨੂੰ ਕੰਫੀਡੈਂਸ ਨਹੀਂ ਲਿਆ ਨਹੀਂ ਲਿਆ ਨਾ ਔਰ ਕੰਫੀਡੈਂਸ ਤੇ ਨਾਲੇ ਤੋਂ ਬਾਅਦ ਹੀ ਕਦੇ ਪੱਤਰਕਾਰ ਪੁੱਛ ਵੀ ਲੈਂਦੇ ਵੀ ਭਾਈ ਕਿਉਂ ਨਹੀਂ ਤੇ ਕਹਿੰਦੇ ਆ ਜਾਣ ਉਹਨਾਂ ਨੂੰ ਰੋਕਿਆ ਕੀ ਨਹੀਂ ਰੋਕਿਆ ਕੀ ਨਹੀਂ ਆਏ ਉਹ ਆ ਜਾਣਗੇ ਆ ਨੂੰ ਤੇ ਕੋਈ ਵਿਆਹ ਤੇ ਸੱਦਿਆ ਨਹੀਂ ਆਉਂਦਾ ਹੂੰ ਹੂੰ ਜੇ ਵਿਆਹ ਦੇ ਵਿੱਚ ਵੀ ਆਪਾਂ ਸ਼ਰੀਕਾਂ ਨੂੰ ਜਾ ਕੇ ਠੀਕ ਤਰੀਕੇ ਨਾਲ ਮਿੰਦਤਰਲਾ ਨਾ ਕਰੀਏ ਤਾਂ ਸ਼ਰੀਕ ਵੀ ਨਹੀਂ ਆਉਂਦੀ ਹੂੰ ਹੂੰ ਸੋ ਇਸ ਕਰਕੇ ਨੰਬਰ 1 ਤਾਂ ਇਹ ਹੈ ਕਿ ਇਹ ਧਿਰਾਂ ਜਿਹੜੀਆਂ ਉਹ ਕੱਟੀਆਂ ਨਹੀਂ ਹੈ ਖੈਰ ਇੱਕ ਸੰਤੁਸ਼ਟੀ ਵਾਲੀ ਗੱਲ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਸ਼ਾਇਦ ਹੁਣ ਤੱਕ ਮੀਟਿੰਗ ਹੋਊਗੀ ਹੋਵੇ ਆਪਣੇ ਕੋਲ ਜਾਣਕਾਰੀ ਨਹੀਂ ਜੀ ਅੱਜ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਮੀਟਿੰਗ ਰੱਖੀ ਸੀ ਉੱਥੇ ਉਹਨਾਂ ਨੇ ਕੋਈ ਪ੍ਰੋਗਰਾਮ ਦਿੱਤਾ ਹੋਵੇ ਹੂੰ ਉਹਦਾ ਹੋਰ ਘੰਟੇ ਨੂੰ ਪਤਾ ਲੱਗ ਜਾਣਾ ਚਲੋ ਅਗਲੀ ਗੱਲ ਰਹੇਗੀ ਵੀ ਪੰਜਾਬ ਦੀਆਂ ਕਿਸਾਨੀ ਜਿਹੜੀਆਂ ਸਿਆਸੀ ਤਰ੍ਹਾਂ ਹੋਊਗੀ ਜੀ ਇੱਥੇ ਮੁੱਖ ਰੂਪ ਦੇ ਵਿੱਚ ਦੇਖੀਏ ਦਾਨੇ ਵਾਲੀਆ ਸਾਹਿਬ ਹੈਗੀ ਤਾਂ ਭਾਰਤੀ ਜਨਤਾ ਪਾਰਟੀ ਵੀ ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿਤੇ ਰਹਿ ਤੇਰਾ ਕੇਂਦਰ ਚ ਉਹਨਾਂ ਦੀ ਸਰਕਾਰ ਹੈ ਹਮ ਬਿਹ ਹਰਿਆਣੇ ਚ ਉਹਨਾਂ ਦੀ ਸਰਕਾਰ ਹੈ ਉਹਨਾਂ ਦੇ ਨਾਲ ਟਕਰਾਇਆ ਸਿੱਧਾ ਸਿਆਸੀ ਰੂਪ ਚ ਦੇਖੀਏ ਬਾਕੀ ਰਹਿ ਗਈਆਂ ਤਿੰਨ ਤਰ੍ਹਾਂ ਨੰਬਰ 1 ਦੇ ਉੱਤੇ ਹੈਗੀ ਐ ਆਮ ਆਦਮੀ ਪਾਰਟੀ ਜੀ ਜਿਹੜੀ ਪੰਜਾਬ ਦੀ ਰੂਲਿੰਗ ਪਾਰਟੀ ਹੈ 92 ਐਮ ਐਲ ਏ ਨਾਲ ਕੋਈ ਹੂੰ ਹੂੰ ਦੂਜੇ ਨੰਬਰ ਤੇ ਹੈਗੀ ਐ ਕਾਂਗਰਸ ਪਾਰਟੀ ਜਿਹੜੀ ਵਿਰੋਧੀ ਤਰਜ ਹੈ ਜੀ ਤੀਜੇ ਨੰਬਰ ਚ ਆਉਂਦਾ ਅਕਾਲੀ ਦਲ ਹੂੰ ਹੂੰ ਇੱਥੇ ਉਹਨਾਂ ਦਾ ਰਹਿ ਗਿਆ ਸਭ ਪਹਿਲਾਂ ਪਾ ਰੂਲਿੰਗ ਪਾਰਟੀ ਦੀ ਗੱਲ ਕਰ ਲਈਏ ਜੀ ਜਦੋਂ ਇਹ ਇਨਸੀਡੈਂਟ ਵਾਪਰੀ ਐ ਬੜੀ ਦੁਖਦਾਇਕ ਘਟਨਾ ਐ 21 ਸਾਲ ਦਾ ਮੁੰਡਾ ਦੋ ਭੈਣਾਂ ਦਾ ਭਰਾ ਮਾਂ ਉਹਦੀ ਹੈ ਨਹੀਂ ਦਾਦੀ ਨੇ ਪਾਲਿਆ ਪਿਓ ਵਿਚਾਰਾ ਮਤਲਬ ਜਿਹੜਾ ਹੈਗਾ ਬੱਸਾ ਕੰਡਕਟਰੀ ਕਰਦਾ ਜੀ ਆ ਜਿਹੜੀਆਂ ਸਕੂਲ ਵਾਲੀਆਂ ਬੱਸਾਂ ਨਹੀਂ ਉਹ ਤੇ ਦੇਖ ਲੋ ਬੱਚੇ ਚੜਾਉਂਦਾ ਲਾਉਂਦਾ ਵਿੱਚ ਬਿਲਕੁਲ ਬਿਲਕੁਲ ਦੂਜੇ ਪਾਸੇ ਦੇਖੀਏ ਜੋ ਅਖਬਾਰਾਂ ਚ ਖਬਰਾਂ ਆ ਰਹੀਆਂ ਕਿ 18 ਲੱਖ ਰੁਪਈਆ ਕਰਜ ਹੈ ਤੇ ਡੇਢ ਦੋ ਕਿਲਾ ਜ਼ਮੀਨ ਹੈ ਹੁਣ ਉਹ ਬੰਦਾ ਜਿਹੜਾ ਹਫਤੇ ਗਿਆ 21 ਸਾਲ ਦਾ ਮੁੰਡਾ ਘਰ ਤਾਂ ਮੂਤਾਂ ਵੱਜ ਗਿਆ ਉਹਨਾਂ ਦਾ ਵੱਜ ਗਿਆ ਵੱਜ ਗਿਆ ਉਹਨਾਂ ਦਾ ਕੀ ਉਹਨਾਂ ਨੂੰ ਜਿੰਨਾ ਮਰਜ਼ੀ ਮਾਅਬਜ਼ਾ ਦੇ ਦਿਓ ਹੂੰ ਹੂੰ ਪਰ ਸਵਾਲੇ ਪੈਦਾ ਹੁੰਦਾ ਹੈ ਕਿ ਜਦੋਂ ਇਹ ਸਾਰੀ ਘਟਨਾਕ੍ਰਮ ਵਾਪਰੇ ਉਹ ਤੋਂ ਬਾਅਦ ਕਿਸੇ ਨੇ ਕੀ ਕੀਤਾ ਹੂੰ ਹੂੰ ਸਾਡੇ ਮੁੱਖ ਮੰਤਰੀ ਸਾਹਿਬ ਲਾਈਵ ਹੋ ਗਏ ਜੀ ਰਾਤ ਹੂੰ ਉਹ ਕਹਿੰਦੇ ਜੀ ਰਾਸ਼ਟਰਪਤੀ ਰਾਜ ਲਾਉਣ ਦੀਆਂ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹੂੰ ਮੈਂ ਤਾਂ 100 ਵਾਰੀ ਕੁਰਸੀਆਂ ਕੁਰਬਾਨ ਕਰ ਦੂੰਗਾ ਹੂੰ ਸ਼ੁਭ ਕਰਮਣ ਦੀਆਂ ਪੈਣਾ ਸ਼ੁਭ ਕਰਨ ਦੀਆਂ ਪੈਣਾ ਦਾ ਜ਼ਿਕਰ ਵੀ ਕੀਤਾ ਉਹਨਾਂ ਨੇ ਉਹਨਾਂ ਦੀ ਪੜ੍ਹਾਈ ਲਿਖਾਈ ਦੀ ਗੱਲ ਵੀ ਕੀਤੀ ਕਿ ਆ ਵੀ ਆਰਥਿਕ ਮਦਦ ਵੀ ਮਦਦ ਵੀ ਦੇ ਦੇਣਗੇ ਵੱਡੀ ਗੱਲ ਕਦੋਂ ਦੇ ਜਿਹੜੀ ਜਿਹੜੀ ਪਹਿਲਾਂ ਆਪਾਂ ਗੱਲ ਕਹਿੰਦੇ ਸੀ ਕਿ ਜਦੋਂ ਹਰਿਆਣੇ ਦੀ ਫੋਰਸ ਪੰਜਾਬ 'ਤੇ ਜਮਲੇ ਕਰਦੀ ਸੀ ਉਹ ਤੇ ਹਜੇ ਵੀ ਨਹੀਂ ਬੋਲੇ ਤੁਸੀਂ ਉਹਦੇ ਤੇ ਸਰਦਾਰ ਸਾਹਿਬ ਆਪਾਂ ਚੁੱਪ ਰਹੇ ਆ ਚੁੱਪ ਰਹੇ ਆ ਆਪਾਂ ਉਹਦੇ ਸੰਬੰਧ ਵਿੱਚ ਜੁੜੇ ਆਪਾਂ ਇਹ ਤਾਂ 3 ਦਿਨ ਹੋ ਗਏ ਆਪਾਂ ਬਾਰ ਬਾਰ ਕਰਦੇ ਰਹੇ ਕਿ ਜੇ ਰਾਜਪੁਰੇ ਦੇ ਹਸਪਤਾਲਾਂ 'ਚ ਸਾਡੇ ਕਿ ਜ਼ਖਮੀ ਹੋਏ ਦਾਖਲ ਹੋ ਰਹੇ ਹੈ ਜੀ ਇਲਾਜ ਕਰਵਾ ਰਹੇ ਹੈ ਡਾਕਟਰ ਬਲਬੀਰ ਸਿੰਘ ਹੁਣੀ ਬੇ ਜਾ ਕੇ ਦੇਖਦੇ ਆ ਬਹੁਤ ਵਧੀਆ ਗੱਲ ਹੈ ਪਰ ਵੱਡੀ ਗੱਲ ਹੈ ਕਿ ਜਦੋਂ ਕੋਈ ਬੰਦਾ ਜ਼ਖਮੀ ਹੁੰਦਾ ਪੁਲਿਸ ਦਾ ਸਟੇਟਮੈਂਟ ਲੈਣ ਜਾਂਦੀ ਕਿਉਂ ਨਹੀਂ ਜਾਂਦੀ ਉਹਦੀ ਪੁਲਿਸ ਸਟੇਟਮੈਂਟ ਲੈਂਦੀ ਉਹ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਆ ਪਰ ਤਾਂ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਰਾਤ ਵੀ ਜਿਹੜੀ ਉਹਨਾਂ ਨੇ ਜਿਹੜੀ ਆ ਲਾਈਵ ਦੇ ਵਿੱਚ ਗੱਲ ਕਹੀ ਉਹਨਾਂ ਨੇ ਕਿ ਪਹਿਲਾਂ ਪੋਸਟਮਾਰਟਮ ਕਰਕੇ ਤੇ ਫਿਰ ਇਨਕੁਆਰੀ ਕਰਕੇ ਤੇ ਪਰਚਾ ਲਿਵਾਗੇ ਲੈ ਦਾਨੀ ਵਾਲਿਆ ਸਾਹਿਬ ਕਿਹੜੀਆਂ ਗੱਲਾਂ ਕਿਹੜੀ ਕਿਹੜੇ ਕਾਨੂੰਨ ਦਾ ਭਾਗ ਹੁੰਦਾ ਜਿੰਨੀ ਦੇਰ ਤੱਕ ਪੁਲਿਸ ਕਾਰਵਾਈ ਨਹੀਂ ਹੁੰਦੀ ਉਨੀ ਦੇਰ ਪੋਸਟਮਾਰਟਮ ਹੋਣੀ ਨਹੀਂ ਸਕਦਾਗਾ ਹੋ ਹੀ ਨਹੀਂ ਸਕਦਾਗਾ ਠੀਕ ਹੈ ਸਭ ਤੋਂ ਪਹਿਲਾਂ ਪੰਚਨਾਮਾ ਭਰਿਆ ਜਾਂਦਾ ਹ ਹ ਹ ਉਸ ਤੋਂ ਬਾਅਦ ਜਿਹੜੀ ਹੈਗੀ ਇਹ ਬਿਆਨ ਲਿਖੇ ਜਾਂਦੇ ਏ ਜੇ ਤਾਂ ਕਿਸ ਨੇ ਕਾਰਵਾਈ ਨਹੀਂ ਕਰਨੀ ਕੋਈ ਇਨਸੀਡ ਐਕਸੀਡੈਂਟ ਹੈ ਜੀ ਜਾਂ ਕੋਈ ਮਤਲਬ ਆਪਾਂ ਇੱਕ ਐਕਸੀਡੈਂਟ ਹੀ ਕਵਾਂਗੇ ਜੇ ਮਤਲਬ ਆ ਵੀ ਨਾ ਮਾਰਨ ਦੀ ਕਿਸੇ ਦੀ ਕੋਈ ਮਨਸ਼ਾ ਹੋਵੇ ਬੰਦਾ ਮਰ ਜੇ ਜਾਂ ਸੁਸਾਈਡ ਵਗੈਰਾ ਕਰ ਲੇ ਉਹਦੇ ਵਿੱਚ ਹੁੰਦਾ ਵੀ 174 ਸੀਆਰਪੀਸੀ ਦੀ ਕਾਰਵਾਈ ਕਰ ਦਿਓ ਜੀ 174 ਦਾ ਮਤਲਬ ਹੈ ਕਿ ਪਈ ਰਹਿੰਦਿਓ ਹੂੰ ਹੂੰ ਕੱਲ ਨੂੰ ਜੇ ਇਹਦੇ ਵਿੱਚ ਕੋਈ ਸ਼ੱਕ ਸ਼ੁਭਾ ਹੋ ਗਿਆ ਤਾਂ ਫਿਰ ਹੁਣ ਕਰ ਲਾਂਗੇ ਫਿਰ ਪੋਸਟ ਮਾਲਟ ਹੁੰਦਾ ਨਹੀਂ ਤਾਂ ਜੇ ਗੋਲੀ ਬੱਜੀ ਹੋਵੇ ਬੰਦੇ ਦੇ ਤੇ ਦੋ ਤਰ੍ਹਾਂ ਦਾ ਝਗੜਾ ਹੋਇਆ ਹੋਵੇ ਜੀ ਤਾਂ ਉੱਥੇ ਪਹਿਲਾਂ ਐਫਆਈਆਰ ਦਰਜ ਹੁੰਦੀ ਹੈ ਹੂੰ ਹੂੰ ਹੁਣੇ ਠੀਕ ਹੈ ਕਿ ਗੋਲੀ ਕਿਹੜੀ ਨਾਲ ਮਰੇ ਜੀ ਕੀ ਰਬੜ ਦੀ ਗੋਲੀ ਬੱਜੀ ਹੈ ਰਬੜ ਦੀ ਗੋਲੀ ਨਾਲ ਤਾਂ ਬੰਦਾ ਮਰਦਾ ਦੇਖਿਆ ਨਹੀਂ ਪਰ ਜਿਵੇਂ ਸ਼ੁਭ ਕਰਨ ਦਾ ਸਿਰ ਫਟਿਆ ਹੋਇਆ ਮੋਰੀ ਨਿਕਲੀ ਹੈ ਵਿੱਚ ਜੀ ਉਹਦੇ ਤੋਂ ਲੱਗਦਾ ਕਿ ਤਾਂ ਪੱਕੀ ਗੋਲੀ ਪੱਕੀ ਗੋਲੀ ਹੈ ਅਗਲੀ ਗੱਲ ਮੰਨ ਲਓ ਕਿ ਜੇ ਨਹੀਂ ਵੀ ਪਤਾ ਲੱਗਦਾ ਕਿ ਕਿਹੜੀ ਗੋਲੀ ਹੈ ਤਾਂ ਪੋਸਟਮਾਰਟਮ ਤੇ ਹੈ ਜਦੋਂ ਆਪਾਂ ਪੰਚਰਾਮਾ ਭਰਦੀ ਹੈ ਪੁਲਿਸ ਉਹ ਪਹਿਲੀ ਨਜ਼ਰੇ ਲਾਈ ਦੇਗੀ ਦੇਖਣ ਨੂੰ ਕੀ ਲੱਗਦਾ ਹੈ ਉਹਦੇ ਤੇ ਐਫਆਈਆਰ ਦਰਜ ਹੋ ਜਾਂਦੀ ਹੈ ਐਫਆਈਆਰ ਤਾਂ ਹੁਣ ਤੱਕ ਦਰਜ ਨਹੀਂ ਹੋਈ ਦੂਜੀ ਆਰਥਿਕ ਮਦਦ ਦੀ ਗੱਲ ਆ ਗਈ ਜਨੈਲ ਗਿਆ ਸਾਹਿਬ ਜੀ ਆਰਥਿਕ ਮਦਦ ਤੁਸੀਂ ਦੇਖੋ ਕਿ ਅੱਜ ਕੈਬਨਿਟ ਦੀ ਮੀਟਿੰਗ ਵੀ ਹੋ ਗਈ ਫਿਰ ਵੀ ਕੋਈ ਜਿਹੜਾ ਮੁੰਡਾ ਕਨਸਟੇਬਲ ਉਥੇ ਸੁਲਤਾਨਪੁਰ ਲੋਧੀ ਮਰਿਆ ਹੈ ਉਹਦੇ ਵਾਸਤੇ ਤਾਂ 1 ਕਰੋੜ ਦਾ ਐਲਾਨ ਕਰਤਾ ਕਰਤਾ ਇਥੇ ਕਹਿੰਦੇ ਜੀ ਆਰਥਿਕ ਮਦਦ ਦੇਵਾਂਗੇ ਤਾਂ ਕੁਛ ਹਰੇ ਕੋਈ ਗੱਲ ਹੀ ਨਹੀਂ ਹੈ ਕੋਈ ਗੱਲ ਹੀ ਨਹੀਂ ਹੈ ਇਹ ਤਾਂ ਹੈ ਇਹਦੇ ਚ ਆਪਾਂ ਇਹਨਾਂ ਨੂੰ ਇਹ ਨਹੀਂ ਕਹਿੰਦੇ ਗੁਨਾਹਗਾਰ ਹੈ ਕੀ ਹੈ ਇਹ ਲੋਕਾਂ ਦੇ ਸਾਹਮਣੇ ਆਪਾਂ ਗੱਲ ਰੱਖ ਦਿੱਤੀ ਤੇ ਲੋਕੀ ਦੇ ਬਾਰੇ ਫੈਸਲਾ ਕਰ ਲੈਣਾ ਦੂਜੀ ਹੈ ਕਾਂਗਰਸ ਪਾਰਟੀ ਹਮ ਹਮ ਕਾਂਗਰਸ ਪਾਰਟੀ ਦੇ ਵਿੱਚ ਮੈਨੂੰ ਸਭ ਤੋਂ ਵਧੀਆ ਐਕਸ਼ਨ ਜੇ ਕਿਸੇ ਬੰਦੇ ਦਾ ਲੱਗਿਆ ਹਮ ਤਾਂ ਉਹ ਜਿਹੜਾ ਹੈਗਾ ਸਿਰਫ ਤੇ ਸਿਰਫ ਪ੍ਰਤਾਪ ਸਿੰਘ ਬਾਜਵਾ ਜਿਹੜਾ ਹਰ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਦਾ ਬਾਕੀ ਲੀਡਰ ਥੋੜਾ ਜਿਹਾ ਪਿੱਛੇ ਡਰਦੇ ਆ ਚਲੋ ਪਿੱਛੇ ਆਪਾਂ ਇੰਦਰ ਦੇ ਕਹ ਨੂੰ ਕਹਿੰਦਾ ਦਲੇਰਾ ਬੰਦੇ ਸਾਰੇ ਹੂੰ ਹੂੰ ਚਲੋ ਉਹ ਹੈ ਆਪੋ ਆਪਣੀ ਗੱਲ ਹੁੰਦੀ ਹੈ ਕਾਂਗਰਸ ਪਾਰਟੀ ਦੇ ਜਿਹੜੇ ਕੌਮੀ ਲੀਡਰਸ਼ਿਪ ਹੈ ਜੀ ਉਹਨਾਂ ਨੇ ਜਰੂਰ ਸ਼ੁਰੂ ਦੇ ਵਿੱਚ ਜਦੋਂ ਸਮਰਾਲੇ ਚ ਆਏ ਹੈ ਮਿਸਟਰ ਖੜ ਗਏ ਖੜ ਗਏ ਉਹਨਾਂ ਨੇ ਕਹੇ ਸੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਹੂੰ ਹੂੰ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਕਿ ਜੇ ਸਾਡੀ ਪਾਰਟੀ ਜਾਂ ਸਾਡਾ ਇੰਡੀਆ ਜੀ ਪਾਵਰ ਦੇ ਵਿੱਚ ਆਇਆ ਤਾਂ ਅਸੀਂ ਭਾਈ ਜਿਹੜੀ ਹੈ ਅਮ ਸੁਵਮੀ ਨਾਜ਼ਨ ਕਮਿਟੀ ਦੀ ਰਿਪੋਰਟ ਜੀ ਪਲੱਸ ਕਾਨੂੰਨੀ ਗਰੰਟੀ ਦੇਵਾਗੇ ਇਹ ਉਹਨਾਂ ਨੇ ਗੱਲ ਕਹਿਤੀ ਬੜੀ ਵਧੀਆ ਗੱਲ ਕੀਤੀ ਹੈ ਲੇਕਿਨ ਇੱਥੇ ਜਿਸ ਕਿਸਮ ਦੀ ਜਦੋਜਹਿਦ ਹੋਣੀ ਚਾਹੀਦੀ ਸੀ ਉਹ ਨਹੀਂ ਹੈ ਅੱਜ ਵੀ ਮੇਰਾ ਖਿਆਲ ਹੈ ਤੁਸੀਂ ਜਾ ਕੇ ਆਏ ਉਸ ਪਾਸੇ ਚਲੋ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ ਇਹ ਰਹਿ ਗਿਆ ਪਰ ਮੈਂ ਇਹ ਜੀ ਕਾਂਗਰਸ ਪਾਰਟੀ ਦੀ ਗੱਲ ਕਰਾਂ ਇਹ ਹੀ ਕਾਂਗਰਸ ਪਾਰਟੀ ਸੀ ਇਹਦਾ ਹੀ ਰਾਜਪਾਗ ਸੀ ਇਸੇ ਕਾਂਗਰਸ ਪਾਰਟੀ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਨੰਬਰ 1 ਹੋਇਆ ਜੀ ਉਦੋਂ ਜਿਹੜੇ ਲੋਕ ਕਿਸਾਨ ਤਾਂ ਪੰਜਾਬ ਚ ਲੱਗੇ ਸੀ ਕਰਨ ਹਾਂ ਹਾਂ ਉਹਨਾਂ ਕਿਸਾਨਾਂ ਨੂੰ ਦਿੱਲੀ ਵਾਲੇ ਪਾਸੇ ਤੋਰਿਆ ਉਹਨਾਂ ਦੀ ਮਦਦ ਕੀਤੀ ਜੀ ਸਰਕਾਰ ਖੜੀ ਪਰ ਉਦੋਂ ਮੁੱਖ ਮੰਤਰੀ ਹੋਰ ਸੀ ਹੋਰ ਸੀ ਮੁੱਖ ਮੰਤਰੀ ਹੋ ਸੀ ਜੀ ਨੂੰ ਇਹ ਕਹਿੰਦੇ ਆ ਕਾਂਗਰਸ ਵਾਲੇ ਕਿ ਸਰਕਾਰ ਕਾਂਗਰਸ ਦੀ ਸੀ ਪਰ ਮੁੱਖ ਮੰਤਰੀ ਭਾਜਪਾ ਦਾ ਸੀ ਹੂੰ ਹੂੰ ਇਹਦਾ ਮਤਲਬ ਫਿਰ ਭਾਜਪਾ ਦਾ ਮੁੱਖ ਮੰਤਰੀ ਚੰਗਾ ਸੀ ਜੀ ਜੀਨੇ ਪੰਜਾਬ ਚ ਜਿਹੜੇ ਬੰਦੇ ਸ਼ਹੀਦ ਹੋਏ ਐ ਕਿਸਾਨ ਉਹਨਾਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਸਰਕਾਰੀ ਨੌਕਰੀ ਦਾ ਵੀ ਉਹਨਾਂ ਦਾ ਇੰਤਜ਼ਾਮ ਕੀਤਾ ਚਲੋ ਇਤੋਂ ਬਾਅਦ ਆਜੋ ਅਕਾਲੀ ਦਲ ਹੂੰ ਹੂੰ ਅਕਾਲੀ ਦਲ ਦਾ ਜਿਵੇਂ ਤਿੱਖਾ ਪ੍ਰਤੀਕਰਮ ਹੋਣਾ ਚਾਹੀਦਾ ਸੀ ਜੀ ਉਹ ਪ੍ਰਤੀਕਰਮ ਹੈ ਨਹੀਂ ਨਾ ਉਹਨਾਂ ਦਾ ਜਿਹੜਾ ਅਟੈਕ ਹੈ ਭਗਵੰਤ ਮਾਨ ਤੇ ਭਗਵੰਤ ਮਾਨ ਤੇ ਜਾਂ ਆਪ ਦੀ ਸਰਕਾਰ ਤੇ ਕੇਂਦਰ ਵਾਲੇ ਪਾਸੇ ਕੇਂਦਰ ਵਾਲੇ ਪਾਸੇ ਫੇਰ ਨਹੀਂ ਤੋਪ ਬੀੜੀ ਉੱਥੇ ਉੱਥੇ ਬੋਲਦੇ ਨਹੀਂ ਇਹ ਅਕਾਲੀ ਦਲ ਦੀ ਗੱਲ ਹੈਗੀ ਹੂੰ ਹੂੰ ਉਹਨੇ ਤਿੰਨ ਪਾਰਟੀਆਂ ਦਾ ਨੇ ਵਾਲਿਆ ਸਭ ਜੀ ਅੱਜ ਹੁਣ ਮੈਨੂੰ ਕਈ ਬੰਦਿਆਂ ਨੇ ਸਵਾਲ ਕੀਤੇ ਸਵੇਰੇ ਜਦੋਂ ਆਪਾਂ ਸੈਰ ਵਗੈਰਾ ਕਰਦੇ ਹਾਂ ਉੱਥੇ ਬੈਠਦੇ ਹੁੰਨੇ ਸਾਰੇ سلسلہ ਕਿ ਹੋ ਕੀ ਰਿਹਾ ਹੂੰ ਹੂੰ ਔਰ ਤੋਂ ਵੱਡੀ ਗੱਲ ਤਾਂ ਲੋਕ ਆਹੀ ਪੁੱਛਦੇ ਵੀ ਹੋ ਕੀ ਰਿਹਾ ਹੋ ਇਦੂਦ ਕੀ ਹੋਊਗਾ ਹੂੰ ਹੂੰ ਦਾਨੀਲਿਆ ਸਾਹਿਬ ਅੱਜ ਦੀ ਗੱਲ ਮੈਨੂੰ ਇੱਕ ਬੰਦੇ ਨੇ ਗੱਲ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਹੈ ਨਹੀਂ ਇਸ ਪਾਰਟੀ ਦੇ ਵਿੱਚ ਹੂੰ ਉਹਨੇ ਐਲਾਨ ਕਰਤਾ ਸੀ ਹੂੰ ਹੂੰ ਕਿ ਮੈਂ ਨਰਿੰਦਰ ਮੋਦੀ ਨਾਲ ਤੇ ਜਿਹੜੇ ਕਾਂਗਰਸ ਦੇ ਪ੍ਰਧਾਨ ਆਪਨੇ ਮੈਂ ਭਾਰਤਪਾ ਦੇ ਪ੍ਰਧਾਨ ਐ ਨੱਡਾ ਸਾਹਿਬ ਜੀ ਜੀ ਉਹਨਾਂ ਨਾਲ ਗੱਲ ਕਰੂੰਗਾ ਤੇ ਕਹਿੰਦੇ ਜਾਇ ਗੱਲ ਕਰ ਵੀ ਐ ਪਰ ਉਦੋਂ ਬਾਅਦ ਤਾਂ ਬੰਦਾ ਮਰ ਗਿਆ ਹੂੰ ਹੂੰ ਉਦੋਂ ਬਾਅਦ ਬੰਦਾ ਮਰ ਗਿਆ ਉਹਦੀ ਜਿਹੜੀ ਹੈਗੀ ਐ ਜੋ ਨੇ ਮਸ਼ਵਰਾ ਦਿੱਤਾ ਜਾਂ ਉਹਨੇ ਡਿਮਾਂਡ ਰੱਖੀ ਉਹ ਤਾਂ ਅਮਲ ਕਿ ਨਾ ਅਮਲ ਕਿ ਨਾ ਹੋਇਆ ਮੈਂ ਕਬੀ ਦੇ ਹੋਇਆ ਉਹ ਕਹਿੰਦੇ ਹੁਣ ਕੀ ਕਰਨਾ ਚਾਹੀਦਾ ਹਮ ਦਾਨੀਅਲ ਗਿਆ ਸਾਹਿਬ ਜਦੋਂ ਇਹ ਗੱਲ ਕੀਤੀ ਵੀ ਕੀ ਕਰਨਾ ਚਾਹੀਦਾ ਮੈਨੂੰ ਉਦੋਂ ਤੱਕ ਕੁਝ ਆਉੜੀ ਨਹੀਂ ਬਾਅਦ ਦੇ ਵਿੱਚ ਮੈਂ ਘਰਿਆ ਕਿ ਸੋਚਣ ਲੱਗਿਆ ਵੀ ਕੈਪਟਨ ਅਮਰਿੰਦਰ ਸਿੰਘ ਜਿਹਦਾ ਪੋਲਿਟਿਕਸ ਹੈ ਪੋਲਿਟਿਕਸ ਆਉਣ ਤੋਂ ਪਹਿਲਾਂ ਇੱਕ ਫੌਜੀ ਸੀ ਜੀ ਇਹ ਉਸ ਵੇਲੇ ਸੀ ਜਦੋਂ 65 ਵਾਲੀ ਜੰਗ ਹੁੰਦੀ ਹੈ ਉਹਦੀ ਵੀ ਔਰ ਇਹ ਜਨਰਲ ਹਰਵਖ ਸਿੰਘ ਦਾ ਹੁੰਦਾ ਸੀ ਸਟਾਫ ਅਫਸਰ ਓਐਸਡੀ ਹਾਂ ਸਟਾਫ ਅਫਸਰ ਉਸ ਵੇਲੇ ਜਿਹੜੀ ਹੈਗੀ ਹੈ ਇਹ ਬੰਦਾ ਜਿਹੜਾ ਇਹਨੇ ਪੂਰਾ ਸਾਰਾ ਕੁਝ ਦੇਖਿਆ ਹਮ ਹਮ ਇਹਦਾ ਦੂਜਾ ਦੌਰ ਆਉਂਦਾ ਕੈਪਟਨ ਅਮਰਿੰਦਰ ਸਿੰਘ ਜੀਦੋਂ ਬਣਦਾ ਹੈ ਪਾਰਲੀਮੈਂਟ ਦਾ ਮੈਂਬਰ ਜੀ 1980 'ਚ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਹੂੰ ਹੂੰ 1984 'ਚ ਆਪਰੇਸ਼ਨ ਬਲੂ ਸਟਾਰ ਹੋ ਗਿਆ ਜੀ ਉਸ ਤੋਂ ਪਹਿਲਾਂ ਜਿਹੜੀ ਹੈਗੀ ਆ ਸੰਤ ਪਿੰਡਰਾਂ ਵਾਲਿਆਂ ਨਾਲ ਤੇ ਦੂਜੀਆਂ ਖੜਕੂ ਤਰਾਂ ਨਾਲ ਗੱਲਬਾਤ ਕਰਨ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਕੋਈ ਆਪਦੀ ਭੂਮਿਕਾ ਨਿਭਾਉਂਦਾ ਰਿਹਾ ਹੂੰ ਹੂੰ ਜਿਹੜੇ ਸਿੱਖ ਲੀਡਰ ਉਸ ਵੇਲੇ ਭੂਮਿਕਾ ਨਿਭਾਉਂਦੇ ਰਹੇ ਆ ਉਹਨਾਂ ਦੇ ਵਿੱਚ ਰਵਿੰਦਰ ਸਿੰਘ ਸੀ ਕੈਪਟਨ ਅਮਰਿੰਦਰ ਸਿੰਘ ਸੀ ਈਵਨ ਸਿਮਰਜੀਤ ਸਿੰਘ ਮਾਨ ਜੀ ਵੀ ਸੀਗੇ ਉਹਨਾਂ ਦੀਆਂ ਸਿਵਾਮਾਂ ਵੀ ਲੰਘੀਆਂ ਗਈਆਂ ਸੀ ਪਰ ਜਦੋਂ ਆਪਰੇਸ਼ਨ ਬਲੂ ਸਟਾਰਟ ਹੋ ਗਿਆ ਤੇ ਕੈਪਟਨ ਨੇ ਕਾਂਗਰਸ ਪਾਰਟੀ ਵੀ ਛੱਡਤੀ ਤੇ ਨਾਲ ਦੀ ਨਾਲ ਹੀ ਉਹਨੇ ਉਹ ਛੱਡਤਾ ਤੁਹਾਡਾ ਪਾਰਲੀਮੈਂਟ ਦਾ ਉਹਦਾ ਵੀ ਛੱਡਤਾ ਮੈਂਬਰੀ ਵੀ ਛੱਡਤੀ ਔਰ ਸਿੱਧਾ ਕਰਿਆ ਕੇ ਬਹਿ ਗਿਆ ਹੂੰ ਹੂੰ ਬਾਅਦ ਵਿੱਚ 85 ਚ ਇਲੈਕਸ਼ਨ ਹੁੰਦੀ ਹੈ ਤੇ 85 ਵਾਲੀ ਇਲੈਕਸ਼ਨ ਮਲੇ ਨੂੰ ਅਕਾਲੀ ਦਲ ਨਾਲ ਆ ਗਿਆ ਜੀ ਫਿਰ ਤੁਹਾਡੇ ਯਾਦ ਹੈ ਕਿ ਅਕਾਲੀ ਦਲ ਦੇ ਵਿੱਚ ਹੁੰਦਿਆ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਸਰਕਾਰ ਦੇ ਸਾਹਮਣੇ ਇੱਕ ਵੱਡਾ ਇਮਤਿਹਾਨ ਆ ਗਿਆ ਹੂੰ ਹੂੰ ਜਿਹੜਾ ਰਜੀਵ ਲੌਂਗਵਾਲ ਸਮਝੌਤੇ ਦੇ ਵਿੱਚ ਇਹ ਪ੍ਰਬੰਧ ਕੀਤਾ ਗਿਆ ਸੀ ਕਿ ਚੰਡੀਗੜ੍ਹ ਦੇ ਬਦਲੇ ਵਿੱਚ ਹਰਿਆਣੇ ਨੂੰ ਕੁਝ ਇਲਾਕੇ ਦੇਣੇ ਪੈਣਗੇ ਹਿੰਦੀ ਸਪੀਕਿੰਗ ਹਿੰਦੀਚਪਿੰਗਾ ਹੋਰ ਭਾਈ ਉਹਨਾਂ ਦੀ ਸਿਨਾਖਤ ਕਰਨੀ ਹੈ ਅਬੋਰ ਫਾਜ਼ਲਕਾਦੀ ਤੇ ਇੱਕ ਪਿੰਡ ਵਿਚਾਲੇ ਪੈਂਦਾ ਸੀ ਕੰਦੂ ਖੇੜਾ ਕੰਦੂ ਖੇੜਾ ਤੇ ਕੰਦੂ ਖੇੜਾ ਕਰੋ ਨਗੇੜਾ ਇਹ ਗੱਲਾਂ ਚੱਲ ਪਈਆਂ ਸੀ ਤੇ ਉਸ ਵੇਲੇ ਰਾਤਾਂ ਨੂੰ ਜਿਹੜਾ ਪਹਿਰਾ ਦਿੱਤਾ ਉੱਥੇ ਉਹ ਵੀ ਅਮਰਿੰਦਰ ਸਿੰਘ ਨੇ ਦਿੱਤਾ ਸੀ ਹੂੰ ਹੂੰ ਅਸੀਂ ਨਾਲ ਸੀ ਤੁਸੀਂ ਨਾਲ ਸੀਗੇ ਸਾਰਾ ਕੁਝ ਤੁਹਾਨੂੰ ਪਤਾ ਵੀ ਉਦੋਂ ਕਿੰਨਾ ਹਾਲਾਤਾਂ ਦੇ ਵਿੱਚ ਬਹੁਤ ਔਖੇ ਲਾ ਸੀ ਜੀ ਇਹ ਤਾਂ ਛੋਟੇ ਛੋਟੇ ਸੀ ਕੰਦੂ ਖਿੜਾ ਰਖਵਾਇਆ ਹੂੰ ਤੇ ਫਾਜ਼ਿਲਕਾ ਅਬੂਰ ਇੱذ ਵਿੱਚ ਰਹਿ ਗਿਆ ਹੂੰ ਹੂੰ ਫਿਰ ਦਾਨੇ ਵਾਲੀ ਸਾਬ ਇੱਕ ਹੋਰ ਸਮਾਂ ਆਉਂਦਾ ਹੈ ਜੀ ਕਿਉਂਕਿ ਜਿਵੇਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਫੌਜ ਗਈ ਸੀ ਅੰਦਰ ਦਰਬਾਰ ਸਾਹਿਬ 'ਚ ਫੌਜ ਨੇ ਜਾ ਕੇ ਉੱਥੇ ਇੱਕ ਸਾਰਾ ਕੁਝ ਕੀਤਾ ਸੀ ਜੀ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਹੂੰ ਔਰ ਉਹਦੇ ਮੁੱਖ ਮੰਤਰੀ ਦੇ ਦੌਰ ਦੇ ਵਿੱਚ ਫੇਰ ਦਰਵਾਰ ਸਭ ਪੁਲਿਸ ਬੜੀ ਸੀ ਜਿਹਨੂੰ ਆਪਰੇਸ਼ਨ ਬਲੈਕ ਥੰਡਰ ਕਹਿੰਦੇ ਸੀ ਤੇ ਬਲੈਕ ਥੰਡਰ ਦੇ ਖਿਲਾਫ ਵੀ ਕੈਪਟਨ ਅਮਰਿੰਦਰ ਸਿੰਘ ਨੇ ਬਗਾਵਤ ਕਰਤੀ ਜੀ ਕਿ ਤੁਸੀਂ ਆ ਕੀ ਕਰੀਏ ਨੇ ਉਹਨੇ ਕੈਬਨਟ ਤੋਂ ਅਸਤੀਫਾ ਦਿੱਤਾ ਜੀ ਤੇ ਆਪਣਾ ਇੱਕ ਅਲੱਗ ਅਕਾਲੀ ਦਲ ਬਣਾ ਲਿਆ ਹੂੰ ਹੂੰ ਉਹ ਫਿਰਦਾ ਰਿਹਾ ਉਹ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਜੁਆਇਨ ਕਰ ਗਿਆ 2002 ਚ ਮੁੱਖ ਮੰਤਰੀ ਬਣ ਗਿਆ ਤੇ ਫਿਰ ਇੱਕ ਹੋਰ ਸੰਕਟ ਆਇਆ ਜੀ ਉਹ ਸੰਕਟ ਆ ਗਿਆ ਸੀ ਕਿ ਹੁਣ ਕੀ ਹੋਊਗਾ ਜਦੋਂ ਸੁਪਰੀਮ ਕੋਰਟ ਨੇ ਕਹਿਤਾ ਕਿ ਭਾਈ ਨਹਿਰ ਬਣਾਉਣੀ ਪਊ SBYL ਜੇ ਨਹੀਂ ਬਣਾਉਂਦੇ ਤਾਂ ਸੈਂਟਰ ਸਰਕਾਰ ਨੂੰ ਕਹਿਤਾ ਸੀ ਵੀ ਤੁਸੀਂ ਕੇਂਦਰੀ ਏਜੰਸੀਆਂ ਲਾ ਦਿਓ ਕੋਈ ਲਾ ਦਿਓ ਜਿਵੇਂ ਹੋਣ ਲਾਈਆਂ ਜਿਵੇਂ ਹੋਣ ਲਾਈਆਂ ਤੇ ਇਹ ਅਮਰਿੰਦਰ ਸਿੰਘ ਸੀ ਹਰਿਆਣੇ ਚ ਇਲੈਕਸ਼ਨ ਸੀ ਅੱਗੇ ਹੂੰ ਜਿੱਥੇ ਜਿਵੇਂ ਹੁਣ ਵੀ ਇਲੈਕਸ਼ਨ ਆ ਹਰਿਆਣੇ ਚ ਆਹੀ ਹਾਲਾਤ ਸੀ ਸੋਚਿਆ ਕੀਤਾ ਕੀ ਕੀਤਾ ਨਾਲ ਦੀ ਨਾਲ ਹੀ ਇੱਕ ਰੈਗੂਲੇਸ਼ਨ ਜਿਹੜਾ ਹੈਗਾ ਉਹ ਤਿਆਰ ਕੀਤਾ ਹੂੰ ਹੂੰ ਕਿ ਅਸੀਂ ਇੱਕ ਅਜਿਹਾ ਬਿੱਲ ਲੈ ਕੇ ਆਉਨੇ ਆ ਜਿਹੜਾ ਅੰਤਰਰਾਜੀ ਜਿਹੜੇ ਸਮਝੌਤੇ ਹੋਏ ਆ ਪਾਣੀਆਂ ਵਾਲੇ ਉਹਨਾਂ ਨੂੰ ਰੱਦ ਕੀਤਾ ਰੱਦ ਕੀਤਾ ਜਾਵੇ ਤੇ ਜੇ ਪਾਣੀ ਵਾਲੇ ਸਮਝੌਤੇ ਰੱਦ ਹੋ ਗਏ ਤੇ ਐਸਬੀਏ ਕਿਵੇਂ ਬਣੂਗੀ ਹੂੰ ਹੂੰ ਉਹਦਾਂ ਨੇ ਆੜਿਆ ਸਭ ਉਹਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਜਿਨ੍ਹਾਂ ਨੇ ਉਹ ਤਿਆਰ ਕੀਤਾ ਸੀ ਟਾਈਪਿੰਗ ਵਗੈਰਾ ਕੀਤੀ ਸੀ ਉਹਨਾਂ ਬੰਦਿਆਂ ਨੂੰ ਵੀ ਲੌਕਅਪ ਚ ਕਰਤਾ ਸੀ ਲੌਕਅਪ ਚ ਅੰਦਰ ਰੱਖਤਾ ਸੀ ਪੰਜਾਬ ਪਵਨ ਚ ਪੰਜਾਬ ਪਵਨ ਚ ਠੀਕ ਹੈ ਜਦੋਂ ਵਿਧਾਨ ਸਭਾ ਹੋਈ ਤੇ ਵਿਧਾਨ ਸਭਾ ਦੇ ਵਿੱਚ ਆ ਕੇ ਉਹ ਲਿਆਂਦਾ ਵਿਧਾਨ ਸਭਾ ਚੋਂ ਪਾਸ ਕੀਤਾ ਵਿਰੋਧੀ ਧਿਰ ਦੇ ਆਗੂ ਜਿਹਨਾਂ ਨਾਲ 36 ਦਾ ਅੰਕੜਾ ਸੀ ਬਾਦਲ ਸਾਹਿਬ ਆਪ ਉਹਨਾਂ ਨੂੰ ਨਾਲ ਆਪਦੀ ਗੱਡੀ 'ਚ ਬਿਠਾ ਕੇ ਤੇ ਗਵਰਨਰ ਕੋਲੇ ਲੈ ਕੇ ਗਏ ਹੂੰ ਹੂੰ ਗਵਰਨਰ ਤੋਂ ਜਾ ਕੇ ਉਹਦੇ ਤੇ ਸਹੀ ਪੁਆਈ ਤੇ ਅੱਜ ਤੱਕ ਜੇ ਐਸਬੀਆਲ ਨਹੀਂ ਬਣੀ ਤਾਂ ਉਹ ਜੀ ਇਹਦਾ ਨਤੀਜਾ ਹੈ ਫਿਰ ਇੱਕ ਸਮਾਂ ਆਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਕਰੋਨਾ ਦਾ ਟਾਈਮ ਆ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਦੂਜੀ ਟਰਮ 'ਚ ਚੰਗੀ ਤਰ੍ਹਾਂ ਪਰਫਾਰਮ ਨਹੀਂ ਕੀਤਾ ਜੀ ਨਾ ਜਿਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ ਕਾਂਗਰਸ ਪਾਰਟੀ ਨੇ ਜਿਵੇਂ ਜਲੀਲ ਕਰਕੇ ਉਹਨਾਂ ਨੂੰ ਹਟਾਇਆ ਹੂੰ ਆਪਣੀਆਂ ਇੰਟਰਵਿਊ 'ਚ ਉਹ ਕਹਿੰਦੇ ਰਹੇ ਕਿ ਮੈਨੂੰ ਜਲੀਲ ਕਰਕੇ ਹਟਾਇ ਉਹ ਕਾਂਗਰਸ ਪਾਰਟੀ ਛੱਡ ਗਏ ਉਹਨਾਂ ਨੇ ਕਿਹਾ ਮੈਂ ਕਾਂਗਰਸ ਪਾਰਟੀ ਨੂੰ ਬਰਬਾਦ ਕਰ ਦੂੰ ਕਰ ਬਰਬਾਦ ਤਾਂ ਆਪਣੇ ਆਪ ਹੀ ਹੋ ਰਹੀ ਹੈ ਹੋ ਰਹੀ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਸਿਲਸਲਾ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਦੀ ਪਾਰਟੀ ਬਣਾ ਲਈ ਪੰਜਾਬ ਲੋਕ ਕਾਂਗਰਸ ਉਹ ਪਾਰਟੀ ਜਿਵੇਂ ਪਹਿਲਾਂ ਪੰਥਕਦਲ ਬਣਿਆ ਸੀ ਉਹਦੇ ਹਰਕੀ ਸੀ ਚੱਲੀ ਚੱਲੀ ਤਾਂ ਹੈ ਨਾ ਹਮ ਹਮ ਬਾਅਦ ਦੇ ਵਿੱਚ ਇਹਨਾਂ ਨੇ ਆਪ ਦਾ ਚੱਕਿਆ ਜਿਹੜੇ ਚਾਰ ਬੰਦੇ ਸੀ ਨਾਲ ਲੈ ਕੇ ਤੇ ਉਹ ਹੀ ਤੇ ਲੈ ਕੇ ਪਾਰਟੀ ਜਨਤਾ ਪਾਰਟੀ ਹੁਣ ਮੇਰਾ ਇਹ ਪ੍ਰਧਾਨ ਮੰਤਰੀ ਨੂੰ ਮੇਰੇ ਖਿਆਲ ਮੁਤਾਬਕ ਕਿ ਕੈਪਟਨ ਅਮਰਿੰਦਰ ਸਿੰਘ ਵਾਸਤੇ ਜ਼ਿੰਦਗੀ ਦਾ ਹੁਣ ਸਭ ਤੋਂ ਵੱਡਾ ਇਮਤਿਹਾਨ ਇਮਤਿਹ ਜੇ ਕੈਪਟਨ ਅਮਰਿੰਦਰ ਸਿੰਘ ਹਮ ਹਮ ਇਸ ਵੇਲੇ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇ ਦੇ ਇੱਕ 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 ਕਿਸਾਨਾਂ ਦੇ ਉੱਤੇ ਤੁਸੀਂ ਮਤਲਬ ਤਸ਼ੱਦਦ ਕੀਤਾ ਹੈ ਤੇ ਮੇਰੇ ਖਿਆਲ ਮੁਤਾਬਕ ਉਹਦੇ ਸਾਰੇ ਤੋਨੇ ਤੋਤੇ ਜਾਣਗੇ ਸਾਰੇ ਤੋਨੇ ਤੋਤੇ ਜਾਣਗੇ ਤਾਂ ਸਾਰੇ ਤੋਨੇ ਤੋਤੇ ਜਾਣਗੇ ਤੇ ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਆ ਜੂਗਾ ਕਿ ਆ ਕੀ ਹੋ ਗਿਆ ਆ ਕੀ ਹੋ ਗਿਆ ਔਰ ਮੈਂ ਜਿੰਨਾ ਕਿ ਮੈਂ ਜਾਣਦਾ ਤੇ ਆਪਾਂ ਤੁਸੀਂ ਜਾਣਦੇ ਹੋ ਮੈਨੂੰ ਲੱਗਦੀ ਵੀ ਪੰਜਾਬ ਦੇ ਵਿੱਚ ਅਜਿਹਾ ਫੈਸਲਾ ਜੇ ਕੋਈ ਲੈ ਸਕਦਾ ਤਾਂ ਕੱਲਾ ਅਮਰਿੰਦਰ ਸਿੰਘ ਹੋਰ ਕੋਈ ਨਹੀਂ ਲੈ ਸਕਦਾ। ਹੋਰ ਕੋਈ ਨਹੀਂ ਲੈ ਸਕਦਾ। ਉਹਨੂੰ ਕਰਨਾ ਚਾਹੀਦਾ ਹੈ। ਹੂੰ ਹੂੰ ਕਿਉਂਕਿ ਉਹ ਜੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਹਤੈਸ਼ੀ ਕਿਸਾਨ ਹਤੈਸ਼ੀ ਹੂੰ ਹੂੰ ਕਹੋਂਦਾ ਹੈ ਤਾਂ ਫਿਰ ਉਹਨੂੰ ਜਦੋਂ ਹੁਣ ਕਿਸਾਨਾਂ ਦੇ ਉੱਤੇ ਗੋਲੀਆਂ ਚੱਲਦੀਆਂ ਗੋਲੇ ਵਰਦੇ ਹੈ ਜੀ ਤੇ ਫਿਰ ਕਾਦੀ ਖਾਤਰ ਕੀ ਕਰਾਉਣਾ ਹੈ ਇਸ ਉਮਰ ਦੇ ਵਿੱਚ ਇਹ ਹੈ ਕਿ ਜਦੋਂ ਬੰਦਾ ਇਸ ਦੁਨੀਆ ਤੋਂ ਰੁਖਸ਼ਤ ਹੋ ਵੀ ਲੋਕ ਯਾਦ ਕਰਨ ਕੇ ਇਹ ਨਹੀਂ ਕੁਝ ਕੀਤਾ ਸੀ। ਹੂੰ ਹੂੰ ਜੇ ਅਮਰਿੰਦਰ ਸਿੰਘ ਨੂੰ 2017 ਚ ਮੁੱਖ ਮੰਤਰੀ ਬਣਾਇਆ ਤੇ ਪਾਣੀਆਂ ਵਾਲੇ ਸਮਝੌਤੇ ਨਹੀਂ ਮਾਰ ਬਣਾਏ ਜੀ ਜੀ ਜ ਇਸ ਕਰਕੇ ਪੰਜਾਬ ਦੀਆਂ ਸਿਆਸੀ ਤਰ੍ਹਾਂ ਦੇ ਸਾਹਮਣੇ ਇਮਤਿਹਾਨ ਸਾਰੇ ਆਸਤੇ ਹੀ ਸਾਰੇ ਆਸਤੇ ਹੀ ਹੈ ਸਾਰੇ ਆਸਤੇ ਹੀ ਹੈ ਪਰ ਹੁਣੇ ਕਿ ਪਹਿਲ ਕੌਣ ਲੈਂਦੇ ਪਹਿਲ ਕੌਣ ਲੈਂਦੇ ਫਿਰ ਮਾਰੂ ਬਾਜੀ ਕਿ ਨਹੀਂ ਮਾਰੂ ਹਾਂਜੀ ਇਹ ਵੱਖਰੀ ਗੱਲ ਹੈ ਤੇ ਅੱਜ ਸਥਿਤੀ ਕਿਵੇਂ ਰਹੀ ਜੀ ਬਾਡਰ ਤੇ ਮੇਰਾ ਖਿਆਲ ਸ਼ਾਂਤਾ ਹੁਣ ਕਿਉਂਕਿ ਕੱਲ ਜਿਹੜੋ ਕੋ ਹੋਇਆ ਸੀ ਸਾਰਾ ਕੁਝ ਡਲੇਵਾਲ ਸਾਹਿਬ ਦਾ ਤੁਹਾਨੂੰ ਪਤਾ ਵੀ ਬਜ਼ੁਰਗ ਸਰੀਰ ਹੈ ਹੂੰ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਪੇਸ਼ੈਂਟ ਵੀ ਹੈ ਕੈਂਸਰ ਦੇ ਔਰ ਜਿਸ ਤਰ੍ਹਾਂ ਹੋ ਅatro ghat sai city ਉਹਨਾਂ ਉਹਨਾਂ ਦੀ ਹਾਲਤ ਥੋੜੀ ਖਰਾਬ ਹੋ ਗਈ ਸੀ ਹਮਮਾ ਹਸਪੀਟਲ ਚਲੇ ਗਏ ਸੀ ਫਿਰ ਉਸ ਵੇਲੇ ਵਧੀਆ ਗੱਲ ਕੀਤੀ ਜਿਹੜੀ ਸਰਬਨ ਸਿੰਘ ਪੰਦੇਰ ਨੇ ਹਮਮਾ ਕਿ ਜੀ ਅਸੀਂ ਅਗਲੇ 2 ਦਿਨਾਂ ਲਈ ਅਧੋਲਨ ਮੁਲਤਵੀ ਕਰਦੇ ਇਹ dane ਵਾਲੀ ਸਭ ਸਿਆਣਪ ਹੁੰਦੀ ਹੈ ਜੇ ਹਾਲਾਤ ਤੁਹਾਡੇ ਕਾਬੂ ਚੋਂ ਨਿਕਲਦੇ ਬਿਲਕੁਲ ਤਾਂ ਤੁਹਾਨੂੰ ਨਾਲ ਦੀ ਨਾਲ ਬਿਡਰਾਲ ਲੈਣੇ ਤੇ ਮਹਾਤਮਾ ਗਾਂਧੀ ਨੂੰ ਯਾਦ ਕਰੋ ਹਮਮਾ ਮਹਾਤਮਾ ਗਾਂਧੀ ਪੀਕ ਤੇ ਲੈ ਜਾਂਦਾ ਸੀ ਲੋਨ ਨੂੰ ਜੀ ਪਰ ਕਈ ਵਾਰੀ ਜਦੋਂ ਉਹਦੇ ਵਿੱਚ ਹਿੰਸਾ ਹੁੰਦੀ ਸੀ ਤੇ ਨਾਲ ਦੀ ਨਾਲ ਮਲਤਵੀ ਕਰਦਾ ਸੀ ਰੱਦ ਕਰ ਦਿੰਦਾ ਸੀ ਲੋਕ ਉਹਦੋਂ ਵੀ ਕਹਿੰਦੇ ਸੀ ਕਮਜ਼ੋਰ ਆ ਫਲਾਣਾ ਤੇ ਮਕੰਮ ਕਾਏ ਲੇਕਿਨ ਉਹਨੂੰ ਪਤਾ ਸੀ ਕਿ ਬਹੁਤਾ ਨੁਕਸਾਨ ਜਾਨਾਂ ਦਾ ਨਾ ਕਰਵਾਇਆ ਜਾਵੇ ਲੋਕਾਂ ਦਾ ਇੱਥੇ ਵੀ ਜੇ ਹੁਣੇ ਚੱਲ ਪੈਂਦੀ ਨੁਕਸਾਨ ਹੋਰ ਹੋਣਾ ਸੀ ਹੋਰ ਹੋਣਾ ਸੀ ਹੋਰ ਜ਼ਿਆਦਾ ਨੁਕਸਾਨ ਹੋਣੇ ਜੇ ਰੁਕ ਗਿਆ ਔਰ ਇਹਦੇ ਨਾਲ ਮੇਰੇ ਖਿਆਲ ਮੁਤਾਬਿਕ ਨੂੰ ਕੇਂਦਰ ਵੀ ਅੰਡਰ ਪ੍ਰੈਸ਼ਰ ਹੈ ਦਬਾਅ ਥੱਲੇ ਆ ਜੋ ਖਬਰਾਂ ਆ ਰਹੀਆਂ ਕਿ ਰਾਤ ਸਾਰੀ ਰਾਤ ਹੀ ਟੈਲੀਫੋਨਾਂ ਦੇ ਵਿਚਾਰ ਪਟਾੰਦਰੇ ਵੀ ਹੁੰਦੇ ਰਹੇ ਫਿਰ ਇਹ ਖਬਰਾਂ ਵੀ ਆ ਗਈਆਂ ਸੀ ਕਿ ਜਿਹੜੇ ਤਿੰਨ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਆਏ ਸੀ ਉਹ ਅਮਿਤ ਸ਼ਾਹ ਨੂੰ ਅੱਜ ਮਤਲਬ ਸਾਰਾ ਕੁਝ ਬਰੀਫ ਕਰਨਗੇ ਕਿਉਂਕਿ ਫੈਸਲਾ ਤਾਂ ਦੋਨਾਂ ਨੇ ਲੈਣਾ ਦੋਨਾਂ ਨੇ ਲੈਣਾ ਹਮ ਦੋ ਹਮਾਰੇ ਦੋਨਾਂ ਨੇ ਨਹੀਂ ਕਰਨਾ ਫੈਸਲਾ ਕਿਉਂਕਿ ਉਹਨਾਂ ਦੇ ਵਿਅਾਸਤੇ ਫਿਰ ਅਦਾਨੀ ਬਾਨੀ ਵੀ ਉਹ ਵੀ ਦੋ ਹੈ ਉਹ ਵੀ ਦੋ ਹੈ ਤੇ ਦੋਹਾਂ ਨੇ ਫੈਸਲਾ ਲੈਣਾ ਸੋ ਉਹਨਾਂ ਨੇ ਫੈਸਲਾ ਕਰਨਾ ਕਿ ਹੋਣਾ ਕੀ ਹੈ ਪਰ ਅੱਜ ਸ਼ਾਂਤੀ ਹੈ ਤੇ ਪਤਾ ਲੱਗਿਆ ਕਿ ਡੱਲੇਵਾਲ ਸਾਹਿਬ ਜਿਹੜੇ ਹੈਗੇ ਹਸਪੀਟਲ 'ਚੋਂ ਆ ਗਏ ਬਾਹਰ ਹੂੰ ਤੇ ਨਾਈ ਸਰਵਨ ਸਿੰਘ ਪੰਦੇਰਾ ਜਿਹੜਾ ਪ੍ਰੈਸ ਕਾਨਫਰੰਸ ਵਗੈਰਾ ਤੋਂ ਵੀ ਕਰੀ ਜਾਂਦੇ ਨੇ ਜੀ ਲੇਕਿਨ ਇੱਕ ਤਸੱਲੀ ਵਾਲੀ ਗੱਲ ਹੈ ਪੰਜਾਬ ਸਰਕਾਰ ਵਾਲੇ ਪਾਸਿਓਂ ਕਿ ਚਲੋ ਬਾਕੀ ਕੁਝ ਕੀਤਾ ਨਹੀਂ ਕੀਤਾ ਘੱਟੋ ਘੱਟ ਜਿਹੜੇ ਜ਼ਖਮੀ ਐ ਹੂੰ ਹੂੰ ਉਹਨਾਂ ਜ਼ਖਮੀਆਂ ਦੀ ਦੇਖਭਾਲ ਵਾਸਤੇ ਇਹਨਾਂ ਨੇ ਜਿਹੜੇ ਹੈਗੇ ਡਿਊਟੀਆਂ ਲਾਤੀਆਂ ਹੂੰ ਹੂੰ ਚਮਕੌਰ ਸਾਹਿਬ ਤੋਂ ਜਿਹੜਾ ਐ ਐਮ ਐਲ اے ਐ ਉਹਦਾ ਨਾਮ ਵੀ ਚਰਨਜੀਤ ਸਿੰਘ ਚੰਨੀ ਐ ਅੱਖਾਂ ਦਾ ਡਾਕਟਰ ਐ ਉਹਦੀ ਡਿਊਟੀ ਵੀ ਲਾਤੀ ਬੀਬੀ ਬਲਜੀਤ ਬਲਜੀਤ ਕੌਰ ਹੂੰ ਹੂੰ ਉਹ ਵੀ ਆਈ ਸਰਜਨ ਐ ਬੜੀ ਨਾਮਵਰ ਡਾਕਟਰ ਰਹੀ ਐ ਉਹਨਾਂ ਨੂੰ ਵੀ ਕਹਿੰਦਾ ਵੀ ਤੁਸੀਂ ਲੱਗੋ ਜੀ ਖਨੋਦੀ ਹੋ ਗਏ ਤੇ ਤੁਹਾਡੇ ਰਾਜਪੁਰਾ ਹੋ ਗਏ ਹੂੰ ਹੂੰ ਇਸੇ ਤਰੀਕੇ ਡਾਕਟਰ ਬਲਬੀਰ ਸਿੰਘ ਵੀ ਆਈ ਸਰਜ ਨੇ ਹੂੰ ਹੂੰ ਉਹਨਾਂ ਦੀ ਵੀ ਡਿਊਟੀ ਲਾਤੀ ਤੁਸੀਂ ਔਰ ਉਹ ਤਿੰਨੇ ਬਾਖੂ ਵੀ ਆਪਣੀ ਡਿਊਟੀ ਨਿਭਾ ਰਹੇ ਹੈ ਪਰ ਦਾਨੀ ਵਾਲਿਆ ਸਾਹਿਬ ਇੱਥੇ ਜਿਹੜੀ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਹੂੰ ਹੂੰ ਜਦੋਂ ਆਪਾਂ ਕਹਿੰਦੇ ਕਿ ਸਰਕਾਰ ਨੇ ਪਰਚੇ ਕਿਉਂ ਨਹੀਂ ਦਰਜ ਕੀਤੇ ਇੱਕ ਸਰਕਾਰ ਕੋਲੇ ਬਹੁਤ ਵੱਡਾ ਪੁਆਇੰਟ ਹੈ ਹੂੰ ਹੂੰ ਜੰਮੂ ਕਸ਼ਮੀਰ ਦੇ ਵਿੱਚ ਪੈਲਟ ਕਨਾ ਇਸਤੇਮਾਲ ਕੀਤੀਆਂ ਸੀ ਹਾਂਜੀ ਤੇ ਲੋਕ ਅੰਨੇ ਹੋਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਇਹ ਮਤਲਬ ਜਿਹੜਾ ਮਨ ਲਿਆ ਸੀ ਹੂੰ ਹੂੰ ਕਿ ਅਸੀਂ ਪੈਲਟ ਕੰਨਾ ਨਹੀਂ ਵਰਤਾਂਗੇ ਹਾਲਾਂਕਿ ਉਥੇ ਆਰਮੀ ਵਰਤਦੀ ਆਰਮੀ ਵਰਤਦੀ ਠੀਕ ਹੈ ਤੇ ਜੇ ਹੁਣ ਪੰਜਾਬ ਦੇ ਵਿੱਚ ਪੈਲਟ ਕੰਨਾ ਹਰਿਆਣੇ ਵਾਲੇ ਪਾਸਿਓਂ ਮਾਰ ਪੰਜਾਬ ਚ ਕਰਦੀ ਹੈ ਹੂੰ ਹੂੰ ਤਾਂ ਇਸ ਮਾਮਲੇ 'ਚ ਤਾਂ ਫਿਰ ਕਿਸ ਤਰ੍ਹਾਂ ਚਰਚ ਕਰਨਾ ਚਾਹੀਦਾ ਸੀ ਹੂੰ ਹੂੰ ਇਹ ਕਿਉਂ ਨਹੀਂ ਕੀਤਾ 1 ਵਜੇ ਬਾਜ਼ਾਰ ਤਾਂ ਵੱਡੀ ਬਾਜ਼ਾਰਤ ਹੈ ਜੀ ਜਿਹਦਾ ਕੋਈ ਹੈ ਨਹੀਂ ਹੁਣ ਇਹ ਠੀਕ ਹੈ ਮੁੱਖ ਮੰਤਰੀ ਸਾਹਿਬ ਨੇ ਕਹਿੰਦਾ ਜੀ ਮੈਂ ਤਾਂ ਨੌਕਰੀ ਆਪਣੀਆਂ 100 ਕੁਰਸੀਆਂ ਤਿਆਗ ਦੂੰਗਾ ਹੂੰ ਹੂੰ ਅਸੀਂ ਨਹੀਂ ਕਹਿੰਦੇ ਮੁੱਖ ਮੰਤਰੀ ਸਾਹਿਬ ਦੀ ਲੋੜ ਹੈ ਉਹ ਰਹਿਣ ਲੋਕਾਂ ਨੇ ਉਹਨਾਂ ਨੂੰ ਹੱਕ 'ਚ ਫਤਵਾ ਦਿੱਤਾ ਹੈ ਪਰ ਪਰਫਾਰਮ ਕਰਨ ਲੋਕਾਂ ਦੀ ਜਿਹੜੀ ਹੈਗੀ ਆ ਆਸਾਂ ਮੰਗਾਂ ਨੂੰ ਉਹਨਾਂ ਨੂੰ ਪੂਰਾ ਕਰਨ ਇੱਕ ਮੁੱਖ ਮੰਤਰੀ ਦੀ ਤਰ੍ਹਾਂ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਉਹ ਦਿਓ ਵਾਓ ਜੀ ਤੁਸੀਂ ਗੱਲ ਕੀਤੀ ਸੀ ਰਾਤ ਕਹਿੰਦੇ ਟੈਲੀਫੋਨ ਦੀਆਂ ਤਾਰਾਂ ਖੜਕਦੀਆਂ ਰਹੀਆਂ ਹਾਂਜੀ ਪੱਤਰੋ ਪੱਤਰੀ ਵੀ ਹੋ ਗਏ ਫਿਰ ਦੋਨੇ ਜਣੇ ਹਾਂਜੀ ਉਹ ਪੱਤਰੋ ਪੱਤਰੀ ਇਸ ਕਰਕੇ ਹੋ ਗਏ ਵੀ ਕਿਉਂਕਿ ਕੇਂਦਰ ਨੇ ਚਿੱਠੀ ਲਿਖਤੀ ਹਮ ਹਮ ਉਹ 21 ਹੁੰਦੀ ਜਿਹੜੀ ਹੈ ਨਾ ਐਡਵਾਈਜ਼ਰੀ ਹੁੰਦੀ ਹੈ ਜੀ ਕਿ ਭਾਈ ਤੁਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਰੋਕੋ ਪਹਿਲਾਂ ਤਾਂ ਇਹ ਗੱਲ ਕਹੇਤੀ ਸੀ ਹਾਈ ਕੋਰਟ ਨੇ ਕਹੇਤੀ ਸੀ ਹੂੰ ਹੂੰ ਕਿ ਇਕੱਠ ਘੱਟ ਹੋਣ ਦਿਓ ਅਦਾਲਤਾਂ ਦਾ ਕੰਮ ਇਹਦਾ ਨਹੀਂ ਨੇ ਇਕੱਠ ਘੱਟ ਹੋਣ ਦੇ ਜਾਂ ਤੁਸੀਂ ਪਾਬੰਦੀ ਲਾ ਦਿਓ ਹੂੰ ਹੂੰ ਜਦੋਂ ਲੋਕ ਕਹਿੰਦੇ ਇਕੱਠ ਘੱਟ ਕਿਵੇਂ ਹੋਣਗੇ ਜੀ ਚਲੋ ਫਿਰ ਕੇਂਦਰ ਨੇ ਇੱਕ ਚਿੱਠੀ ਲਿਖਤੀ ਪੰਜਾਬ ਨੂੰ ਵੀ ਤੁਸੀਂ ਭਾਈ ਆ ਕੀ ਹੈ ਤੁਸੀਂ ਠੀਕ ਤਰੀਕੇ ਨਾਲ ਜਿਹੜਾ ਇੱਥੇ ਕੰਮ ਨਹੀਂ ਕਰ ਰਹੇ ਜੀ ਉਹਦਾ ਨਾਲ ਦੀ ਨਾਲ ਹੀ ਜਵਾਬ ਫਿਰ ਦਿੱਤਾ ਸਾਡੇ ਚੀਫ ਸਕੱਰੇਟਰੀ ਅਨੁਰਾਗ ਬਰਮਾ ਉਹ ਰਹੇ ਜੀ ਉਹਨਾਂ ਨੇ ਤੁਰੰਤ ਫੌਰਨ ਲਿਖੀ ਉਹ ਕਹਿੰਦੇ ਸਾਡਾ ਕੋਈ ਕਸੂਰ ਨਹੀਂ ਹੂੰ ਹੂੰ ਲੋਕ ਹਾਈਵੇ ਤੇ ਜਾਂਦੇ ਜੀ ਉਹ ਜਾ ਸਕਦੇ ਉਹਨਾਂ ਨੂੰ ਜੇ ਇਹ ਗੜਬੜ ਖੋਈ ਆ ਤਾਂ ਇਹ ਹਰਿਆਣੇ ਦੀ ਵਿਜਾ ਕਰਨ ਹੋਈ ਹੈ ਹੂੰ ਹੂੰ ਉਹਨਾਂ ਨੇ ਕਿਹਾ ਹਰਿਆਣੇ ਨੇ ਜਾਣ ਵਾਲੇ ਲੋਕਾਂ ਨੂੰ ਰੋਕਿਆ ਰੁਕਿਆ ਉੱਥੇ ਕੱਟ ਹੋ ਗਿਆ ਹੂੰ ਹੂੰ ਬੇਕਾਬੂ ਹੋ ਗਿਆ ਕੱਟ ਇਹਦੇ ਸਾਡਾ ਕਸੂਰ ਕੀ ਹੈ ਜੀ ਉਹ ਤਾਂ ਜਾ ਰਹੇ ਉਹ ਤਾਂ ਰੁਕਦੇ ਹੀ ਨਹੀਂ ਸੀ ਹੂੰ ਹਰਿਆਣੇ ਨਾਲ ਝਗੜਾ ਕੋਈ ਹੈ ਨਹੀਂ ਜੀ ਉਹਨਾਂ ਨੇ ਮੁੜ ਕੇ ਚਿੱਠੀ ਇਹ ਲਿਖਤੀ ਹੂੰ ਹੂੰ ਹੁਣ ਧਾਨੇਵਾਲ ਗਿਆ ਸਾਹਿਬ ਜਿਹੜੀ ਮੈਂ ਐਡਵਾਈਜ਼ਰੀ ਦਾ ਜ਼ਿਕਰ ਕੀਤਾ ਹੈ ਜੀ ਉਹ ਜਿਹੜੀ ਮਰਾਤ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਸਰਕਾਰ ਨੂੰ ਹੂੰ ਹੂੰ ਜਿਹੜੀ ਹੈਗੇ ਰਾਸ਼ਟਰਪਤੀ ਰਾਜ ਲਾਗੂ ਹੋਣ ਦੀ ਗੱਲ ਕਰ ਰਹੀ ਹੈ ਮੇਰੇ ਖਿਆਲ ਵਿੱਚ ਸਭ ਕੁਝ ਨਿਕਲੀ ਆ ਉਹਦੇ ਜੋ ਨਿਕਲੀ ਹੈ ਕਿਉਂਕਿ ਉਹ ਜਿਹੜੀ ਹੈਗੀ ਨਾ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਤੇ ਉਹਦੇ ਪਹਿਰਾ ਨਾ ਹੋਵੇ ਜੀ ਤੁਸੀਂ ਨਾ ਪਹਿਰਾ ਦਿਓ ਜਾਂ ਤੁਸੀਂ ਆਪਣਾ ਠੀਕ ਤਰੀਕੇ ਨਾਲ ਜਵਾਬ ਦੇ ਕਮੈਂਟ ਅਗਲਾ ਸਟੈਪ ਹੋ ਸਕਦਾ ਹੈ ਹੂੰ ਹੂੰ ਆਪਣੇ ਗਵਰਨਰ ਸਾਹਿਬ ਨੇ ਕਈ ਵਾਰੀ ਸਰਕਾਰ ਨੂੰ ਜਿਹੜੀ ਇਹ ਚਿਰਕ ਮਾਰੀ ਸੀ ਕਿ ਮੈਂ ਰਾਸ਼ਟਰਪਤੀ ਨੂੰ ਰਿਪੋਰਟ ਕਰ ਦੂੰ ਹੂੰ ਉਹਨੇ ਨਹੀਂ ਕਿਹਾ ਸੀ ਮੈਂ ਰਾਸ਼ਟਰਪਤੀ ਰਾਜ ਲਾਗੂ ਕਰਾਂਗਾ ਇਹ ਨਹੀਂ ਕਿਹਾ ਸੀ ਮੈਂ ਰਾਸ਼ਟਰਪਤੀ ਨੂੰ ਰਿਪੋਰਟ ਕਰ ਦੂੰ ਇੱਕ ਦੋ ਵਾਰ ਹੀ ਕਿਹਾ ਪਰ ਉਸ ਤੋਂ ਬਾਅਦ ਉਹ ਚੁੱਪ ਰਹਿੰਦੀ ਹੁਣ ਜਿਹੜਾ ਹੈਗਾ ਜੇ ਆਪਾਂ ਦੇਖੀਏ ਕੀ ਰਾਸ਼ਟਰਪਤੀ ਰਾਜ ਲਾਗੂ ਹੋ ਜੂਗਾ ਮੇਰੇ ਖਿਆਲ ਮੁਤਾਬਕ ਨਹੀਂ ਹੋ ਸਕਦਾ ਕਿਉਂਕਿ ਸਰਬਮਈ ਕੇਸ ਦੇ ਵਿੱਚ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਸੀ ਉਹ ਇੱਕ ਬਹੁਤ ਵੱਡਾ ਅੜਕਾ ਹੈ ਜੀ ਔਰ ਇਹਦੇ ਤੇ ਜੇ ਆਪਾਂ ਦੇਖੀਏ ਇੱਕ ਵਾਰੀ ਅਜਿਹੀ ਹਰਕਤ ਕੀਤੀ ਸੀ ਕੇਂਦਰ ਸਰਕਾਰ ਨੇ ਉਤਰਾਖੰਡ ਜੀ ਉਤਰਾਖੰਡ ਦਾ ਮੁੱਖ ਮੰਤਰੀ ਰਿਮੂਵ ਕਰਤਾ ਸੀ ਹਮਮ ਨਵਾਂ ਮੁੱਖ ਮੰਤਰੀ ਆ ਗਿਆ ਸੀ ਪਰ ਫੌਰਨ ਨਾਲ ਦੀ ਨਾਲ ਹੀ ਸੁਪਰੀਮ ਕੋਰਟ ਨੇ ਉੱਤੇ ਸਟੇ ਕਰਤਾ ਸੀ ਹਮਮ ਤੇ ਸਰਕਾਰ ਨੂੰ ਪੁੱਟ ਪੈਰੀ ਹੋਣਾ ਪਿਆ ਸੀ ਜੀ ਜਿਹਦੇ ਉਲਟਾ ਪਾ ਦੇਖੀਏ ਤਾਂ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਜਿਹੜੇ ਹੈਗੇ ਆ ਪੋਲੀਟੀਕਲ ਲੀਡਰਸ਼ਿਪ ਦੇ ਜਾਂ ਸਰਕਾਰ ਦੇ ਹਮਮ ਸਬੰਧ ਉਹਨੇ ਨਹੀਂ ਖਰਾਬ ਕੇਂਦਰ ਨਾਲ ਜੀ ਜਿੰਨੇ ਬਗਾਲਦੇ ਬਗਾਲ ਦੇ ਵਿੱਚ ਆਪਾਂ ਕੱਲ ਕਰਦੇ ਸੀ ਉਹ ਸੰਦੇਸ਼ ਖਲੀ ਹੂੰ ਹੂੰ ਕੱਲ ਮੇਰੇ ਨਾਂ ਨਿਕਲ ਗਿਆ ਸੀ ਸੰਦੇਸ਼ ਖਲੀ ਉਹਦਾ ਨਾ ਹੂੰ ਹੂੰ ਉੱਥੇ ਈਡੀ ਫੜਨ ਆਸਤੇ ਗਈ ਹੈ ਜੀ ਈਡੀ ਜਿਸ ਬੰਦੇ ਨੂੰ ਫੜਨ ਆਸਤੇ ਗਈ ਸੀ ਉਹ ਤਾਂ ਰਿਕਣੀ ਚੜਿਆ ਤੇ ਉੱਥੇ ਝਗੜਾ ਹੋ ਗਿਆ ਝਗੜਾ ਹੋ ਗਿਆ ਹਾਂ ਈਡੀ ਵਾਲਿਆਂ ਦੇ ਐਫ ਆਈ ਆਰ ਦਰਜ ਕਰ ਲਈ ਉਥੋਂ ਦੀ ਸਰਕਾਰ ਨੇ ਹੂੰ ਠੀਕ ਹੈ ਹੁਣ ਜਦੋਂ ਈਡੀ ਦੇ ਕੇਸ ਰਜਿਸਟਰ ਈਡੀ ਦੇ ਖਿਲਾਫ ਕੇਸ ਰਜਿਸਟਰ ਕਰ ਲਿਆ ਕੇਂਦਰ ਸਰਕਾਰ ਨੇ ਤਾਂ ਉਹਦੇ ਨਹੀਂ ਤੋੜੀ ਹੂੰ ਉੱਥੇ ਜਿਹੜੀ ਹੈਗੀ ਹਾਈ ਕੋਰਟਾਂ ਵੀ ਕਹੀ ਜਾਂਦੀਆਂ ਵੀ ਤੁਸੀਂ ਇਹਨਾਂ ਦੇ ਹੁਕਮ ਨੂੰ ਉਹ ਹੁਕਮ ਨਹੀਂ ਮੰਨਦੀ ਜਿੰਨੇ ਮਾੜੇ ਹਾਲਾਤ ਉੱਥੇ ਇੱਥੇ ਤਾਂ ਉਹ ਨਹੀਂਗੇ ਹੂੰ ਹੂੰ ਜੇ ਉੱਥੇ ਰਾਸ਼ਟਰਪਤੀ ਰਾਜ ਲਾਗੂ ਨਹੀਂ ਕੀਤਾ ਜਾ ਸਕਦਾ ਤੇ ਇੱਥੇ ਵੀ ਨਹੀਂ ਹੋ ਸਕਦਾ ਵੈਸੇ ਆਮ ਤੌਰ ਤੇ ਦਿੱਤੇ ਹੁੰਦੇ ਆ ਕਿ ਸਰਕਾਰਾਂ ਨੇ ਜਦੋਂ ਲੋਕਾਂ ਦਾ ਧਿਆਨ ਲਾਂਭੇ ਕਰਨਾ ਹੁੰਦਾ ਹੈ ਜੀ ਉਦੋਂ ਫਿਰ ਇਹ ਜਿਹੀਆਂ ਗੱਲਾਂ ਆ ਜਾਂਦੀਆਂ ਵੀ ਤੁਸੀਂ ਉਹਨਾਂ ਨੂੰ ਚਿੱਠੀ ਲਿਖਦੇ ਹੋ ਉਹ ਤੁਹਾਨੂੰ ਚਿੱਠੀ ਲਿਖਦੇ ਨੇ ਹੂੰ ਹੂੰ ਜਿੱਧਰੋਂ ਚਿੱਠੀ ਲਿਖਣੀ ਆ ਉਹ ਕਿਹੜੀ ਲਿਖਦੇ ਹੂੰ ਹੂੰ ਜਿਹੜੀ ਚਿੱਠੀ ਤੁਸੀਂ ਪਹਿਲਾਂ ਲਿਖੀ ਸੀ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੂੰ ਦਿੱਤੀ ਸੀ ਕਿ ਭਾਈ ਅਸੀਂ ਜਿਹੜਾ ਹੈਗਾ ਐਮਐਸਪੀ लागू ਕਰਾਂਗੇ स्वामीनाथन कमीशन अली रिपोर्ट दी दूसरी गल ਤੁਸੀਂ ਇਹ ਗੱਲ ਕਹੀ ਸੀ ਕਿ ਜਿਨ੍ਹਾਂ ਲੋਕਾਂ ਦੇ ਖਿਲਾਫ ਮੁਕਦਮੇ ਦਰਜ ਕਰੇ ਕੀਤੇ ਆ ਉਹ ਰੱਦ ਕੀਤੇ ਜਾਣਗੇ ਜੀ ਅਗਲਾ ਕਿਆ ਸੀ ਕਿ ਪੰਜਾਬ ਪੈਟਰਨ ਦੇ ਉੱਤੇ ਮੁਆਵਜ਼ਾ ਵੀ ਦਿੱਤਾ ਜਾਊ ਤਿੰਨ ਸਾਲ ਬੀਤ ਗਏ ਉਹਦੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਿਹੜੀ ਉਹ ਚਿੱਠੀ ਲਿਖੀ ਸੀ ਉਸ ਚਿੱਠੀ ਤੇ ਕੋਈ ਅਮਲ ਨਹੀਂ ਹੋਇਆ ਕਿਸਾਨ ਫੇਰ ਅੰਦੋਲਨ ਨੂੰ ਤੁਰਪੇ ਹੂੰ ਹੂੰ ਦੋ ਮਹੀਨੇ ਪਹਿਲਾਂ ਇਹਨਾਂ ਨੇ ਚੇਤਾਵਨੀ ਦਿੱਤੀ ਸੀ ਉਦੋਂ ਤੁਸੀਂ ਕੁਛਕੇ ਨਹੀਂ ਜੀ ਤੇ ਜਦੋਂ ਹੁਣ ਬੂਹੇ ਆਈ ਜਨ ਬਿੰਨੋ ਕੁੜੀ ਦੇ ਕੰਨ ਹਾਲਾਤ ਇਹ ਬਣ ਗਏ ਕਿ ਤਿੰਨ ਤਿੰਨ ਚਾਰ ਚਾਰ ਮੀਟਾਂਾਂ ਕਰਨ ਲੱਗੇ ਤਿੰਨ ਤਿੰਨ ਵਜ਼ੀਰ ਚੰਡੀਗੜ੍ਹ ਆਉਣ ਲੱਗੇ ਆਉਣ ਲੱਗ ਪਏ ਉਹਨਾਂ ਦੀ ਕੋਈ ਲੋੜ ਨਹੀਂ ਸੀ ਸੋ ਕੁੱਲ ਮਿਲਾ ਕੇ ਜਿਹੜੀ ਹੈਗੀ ਨਾ ਇਹ ਗੋਗੁਲਗਾ ਤੋਂ ਮਿੱਟੀ ਨਾ ਛਾੜੋ ਅਮਲੀ ਤੌਰ ਤੇ ਜੋ ਕਰਨਾ ਚਾਹੀਦਾ ਉਹ ਕਰੋ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਜੇ ਕੋਈ ਸਾਡੀ ਸਟੇਟ ਦੇ ਵਿੱਚ ਆ ਕੇ ਦਖਲਅੰਦਾਜ਼ੀ ਕਰਦਾ ਹੈ ਉਹਦੇ ਖਿਲਾਫ ਕਾਰਵਾਈ ਹੋਵੇ ਕਿਉਂਕਿ ਜੇ ਤੁਸੀਂ ਤੁਸੀਂ ਆ ਜ਼ਿਕਰ ਕੀਤਾ ਸੀ ਮੇਰੇ ਕੋਲ ਪਰਸੂ ਜੀ ਕਰਦੇ ਸੀ ਕਿ ਹਰਿਆਣਾ ਦੀ ਪੁਲਿਸ ਇਧਰੋਂ ਬੰਦੇ ਚੱਕ ਲਈ ਜੇ ਇਧਰੋਂ ਚੱਕ ਕੇ ਲੈ ਗਈ ਤਾਂ ਉਹਨਾਂ ਨੇ ਜਿਹੜੇ ਸਥਾਪਿਤ ਜਿਹੜੇ ਨਿਜ਼ਮਾ ਉਹਨਾਂ ਦੀ ਉਲੰਘਣਾ ਕੀਤੀ ਹੈ ਨਿਜ਼ਮਾ ਦੇ ਮੁਤਾਬਕ ਉਹਨਾਂ ਨੂੰ ਸਬੰਧਤ ਪੁਲਿਸ ਸਟੇਸ਼ਨ ਚਾਉਣਾ ਚਾਹੀਦਾ ਸੀ ਉਸ ਪੁਲਿਸ ਸਟੇਸ਼ਨ ਦੇ ਵਿੱਚ ਆਮਦ ਪਾ ਕੇ ਲੋਕਲ ਪੁਲਿਸ ਦੀ ਮਦਦ ਲੈਣੀ ਚਾਹੀਦੀ ਬਿਲਕੁਲ ਔਰ ਮਦਦ ਲੈਣ ਤੋਂ ਬਾਅਦ ਅਗਲੀ ਕਾਰਵਾਈ ਕਰਨੀ ਚਾਹੀਦੀ ਜੇ ਲੋਕਲ ਪੁਲਿਸ ਨੂੰ ਦੱਸਦੇ ਹੀ ਨਹੀਂ ਤਾਂ ਇਹਦਾ ਮਤਲਬ ਤਾਂ ਕਿਡਨਾਪ ਕਰਦੇ ਆ ਲੋਕਾਂ ਨੂੰ ਬਿਲਕੁਲ ਕਿਡਨਾਪਿੰਗ ਹੈ ਉਹਨਾਂ ਦੇ ਖਿਲਾਫ ਕਿਡਨਾਪਿੰਗ ਕਹਿੰਦੇ ਬੋਰੀਆਂ ਚ ਪਾ ਕੇ ਲੈ ਗਏ ਜੀ ਉਹਨਾਂ ਨੂੰ ਇੱਕ ਤੱਕ ਮੈਨੂੰ ਅੱਜ ਜਿਹੜੀ ਹੈਗਾ ਆਪਣੇ ਜਿਹੜੇ ਜਰਨਲਿਸਟ ਹੈ ਉਥੇ ਖਨੌਰੀ ਉਹਨਾਂ ਨੇ ਦੱਸਿਆ ਆਪਣੇ ਕੁਝ ਬੰਦੇ ਉਥੇ ਗਏ ਆ ਉਹ ਕਹਿੰਦੇ ਜੀ ਜਿਹੜੇ ਬੰਦੇ ਉਥੇ ਚੁਕਲੇ ਉਹਨਾਂ ਨੂੰ ਬੋਰੀ ਦੇ ਵਿੱਚ ਪਾ ਕੇ ਫਿਰ ਰੱਸੀ ਨਾਲ ਬੰਨ ਕੇ ਤੇ ਡਾਂਗਾ ਨਾਲ ਕੁੱਟੇ ਦੱਸੋ ਬਜ਼ੁਰਗ ਨੂੰ ਕੁੱਟਿਆ ਕਹਿੰਦੇ ਕਿ ਇੱਕ ਬਜ਼ੁਰਗ ਸੀ ਉਹਦਾ ਬਰਾਹ ਹਾਲ ਕਰਤਾ ਉਹ ਡਾਂਗਾ ਨਾ ਕੁੱਟਿਆ ਯਾਰ ਐਡਾ ਐਡਾ ਰਕਸਪੁਣਾ ਤਾਂ ਮੇਰੇ ਖਿਆਲ ਲੱਗਦੇ ਜਦੋਂ ਜੰਗਾਂ ਲੱਗਦੀਆਂ ਉਦੋਂ ਨਹੀਂ ਕਰਦਾ ਉਦੋਂ ਵੀ ਮਤਲਬ ਵਿਰੋਧੀ ਦੇਸ਼ ਜਿਹੜੇ ਹੈਗੇ ਆਪਣੇ ਦੁਸ਼ਮਣਾਂ ਨਾਲ ਨਹੀਂ ਕਰਦੇ ਜਿਹੜੇ ਕੁੰਡੇ ਦੇ ਖਿਲਾਫ ਲੜਦੇ ਹੈ ਜੀ ਆਪਣੇ ਹੁਣ ਤੁਸੀਂ ਦੇਖੋ ਕਿ ਜਿਸ ਬੰਦੇ ਨੇ ਬੰਬੇ ਦੇ ਵਿੱਚ ਕਿੱਡਾ ਬੜਾ ਕਰ ਲਿਆ ਪਿਆ ਉਹਦੇ ਨਾਲ ਨਹੀਂ ਆਏ ਉਹ 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 ਉਹਦੇ ਤੇ ਉਹ ਭਾਰਤੀ ਜਨਤਾ ਪਾਰਟੀ ਆਪੋਜੀਸ਼ਨ ਚ ਹੁੰਦੀ ਸੀ ਤੇ ਕਹਿੰਦੀ ਹੁੰਦੀ ਸੀ ਨੂੰ ਬਰੀਆਨੀ ਖੋਣਿਓ ਹਾਂ ਹਾਂ ਉਹ ਕਿਉਂਕਿ ਨਿਜ਼ਮ ਮੁਤਾਬਕ ਕਾਨੂੰਨ ਮੁਤਾਬਕ ਇਧਰਾ ਕੁਝ ਕਰਨਾ ਚਾਹੀਦਾ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਹੁੰਦਾ ਜੋ ਆਪਣੇ ਦੇਸ਼ ਦੇ ਨਾਗਰਿਕਾਂ ਨਾਲ ਹੋ ਰਿਹਾ ਔਰ ਇਹਦੇ ਤੇ ਕੇਂਦਰ ਵੀ ਜਿਹੜੀ ਇਹ ਕਾਰਵਾਈ ਕਰਨੀ ਚਾਹੀਦੀ ਉਹ ਨਹੀਂ ਕਰਦੀ ਸਾਡੇ ਵਾਲੇ ਵੀ ਉਹਨੂੰ ਨਜ਼ਰਅੰਦਾਜ਼ ਕਰ ਰਹੀ ਹੈ ਗਲਤ ਹੈ ਸੋ ਇੱਕ ਬ੍ਰੇਕ ਲੈਣੇ ਜੀ ਬ੍ਰੇਕ ਤੋਂ ਬਾਅਦ ਫਿਰ ਆਜ਼ਰ 1900 ਜੁੜੇ ਰੋ ਰੇੜੀ ਪੰਜਾਬ ਟੂਡੇ ਦੇ ਨਾ

ਪਪਾਂ ਜੀ ਯਾਰੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਥੋ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮਰਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਹਨਾਂ ਦੇ ਸ਼ੋਅਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚੇਨ ਕੜੇ ਚੂੜੀਆਂ ਨਗਾਵਲੀਆਂ ਸੋਣੀਆਂ ਸੋਣੀਆਂ ਮੰਦਰੀਆਂ ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ ਏਸੀ ਜੁਐਲਰ ਸ਼ੱਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ 22 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੁੱਟ ਐਵੇਨਿਊ ਸਾਊਥ-ਈਸਟ ਕੈਂਟ ਓਏ ਮੇਰੇ ਵੀਰ ਮੈਨੂੰ ਫਸ ਇੱਕ ਗੱਲ ਦੱਸ ਤਾ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ

उन प्लाजा, मडेरा वाले ट्रक वीर वी प्लाजा टी ए मडेरा एग्जोर कॉल सचिन मलिक या रविवाल एट फाइव फाइव नाइन सिक्स एट से बहुत जल्द भी खुल रहा है एक नवा पायलट ट्रक स्टॉप 99 एन टाफ्ट ਬੇਤੇ ਸੁਪਰੋਗਰਾਮ ਸ਼ਮਤਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਪੇਪਲ ਦੇ ਜ਼ਰੀਏ ਜਿਹੜਾ ਹੈ ਤੁਸੀਂ ਸਬਸਕ੍ਰਿਪਸ਼ਨ ਜਾਂ ਚੰਦਾ ਭੇਜ ਸਕਦੇ ਹੋ ਇਸ ਤੋਂ ਇਲਾਵਾ ਐਡਵਰਟਾਈਜ਼ਮੈਂਟ ਦੇ ਲਈ ਤੁਸੀਂ 9780141741 ਤੇ ਸੰਪਰਕ ਕਰ ਸਕਦੇ ਤੁਸੀਂ ਢਿੱਲੋਂ ਸਾਹਿਬ ਗੱਲ ਕੀਤੀ ਸੀ ਆਪਾਂ ਹਰਿਆਣਾ ਪੁਲਿਸ ਦੀ ਵੀ ਕਿਸ ਤਰ੍ਹਾਂ ਜਿਹੜਾ ਇੱਧਰ ਆ ਕੇ ਪੰਜਾਬ ਦੇ ਵਿੱਚ ਧੱਕਾ ਕਰ ਗਈ ਪਰ ਚੰਡੀਗੜ੍ਹ ਪੁਲਿਸ ਨੇ ਦੋ ਕਾਂਗਰਸੀਆਂ ਕਾਂਗਰਸੇ ਸਮੇਤ ਕਹਿੰਦੇ 15 ਜਣਿਆਂ ਤੇ ਮੁਕੱਦਮਾ ਦਰਜ ਕਰਤਾ ਹੈ। ਬਿਲਕੁਲ ਜੀ। ਇੱਕ ਤਾਂ ਆਪਣੇ ਹੈਗੇ ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ। ਜੀ। ਦੂਜੇ ਸੁਖਵਿੰਦਰ ਸਿੰਘ ਕੋਟਲੀ ਮੇਰੇ ਖਿਆਲੇ ਆਦਮਪੁਰ ਤੋਂ ਹੈ। ਅੱਛਾ ਜੀ। ਦੋ ਐਮਐਲਏ ਹੈ। ਹੂੰ ਹੂੰ। ਤੇ ਨਾਲ 15 ਲੀਡਰ ਹੋਰ ਹੈ। ਜੀ। ਉਹਨਾਂ ਦੇ ਵਿੱਚ ਆ ਬਠਿੰਡੇ ਦਾ ਜਿਹੜਾ ਦਿਹਾਤੀ ਪ੍ਰਧਾਨ ਹੈ ਖੁਸ਼ਬਾਦ ਸਿੰਘ ਜਟੜਾ ਉਹ ਵੀ ਹੈ। ਅੱਛਾ ਜੀ। ਤੇ ਇਹਨਾਂ ਦੇ ਖਿਲਾਫ ਕੇਸ ਦਰਜ ਕਿਉਂ ਕੀਤਾ? ਹੂੰ ਹੂੰ। ਵਰਟੀਕਲ ਐਸਸੀ ਕੇ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਕਿ ਸਿਆਸਤਦਾਨ ਪੰਜਾਬ ਦੇ ਜਿਹੜੇ ਉਹ ਮੂੰਹ ਨਹੀਂ ਖੋਲਦੇ ਹੂੰ ਹੂੰ ਉਹ ਚੁੱਪ ਕੀਤੇ ਬੈਠੇ ਐ ਕਾਂਗਰਸ ਪਾਰਟੀ ਦਾ ਆਪਾਂ ਜ਼ਿਕਰ ਕੀਤਾ ਕਿ ਕਾਂਗਰਸ ਪਾਰਟੀ ਦੀ ਕਮੇਂਡ ਲੀਡਰਸ਼ਿਪ ਤਾਂ ਕਰਦੀ ਐ ਪਰ ਸਟੇਟ ਵਾਲੀ ਜਿਹੜੀ ਅਸਲ ਲੀਡਰਸ਼ਿਪ ਐ ਕੱਲੇ ਬਾਜਵਾ ਸਾਹਿਬ ਧਿਆਨ ਦੇ ਰਹੇ ਤੇ ਬਾਕੀ ਚੁੱਪ ਐ ਹੂੰ ਹੂੰ ਜਿਹਨੂੰ ਆਪਾਂ ਐਕਸ਼ਨ ਕਹਿ ਸਕਦੇ ਆ ਉਹ ਐਕਸ਼ਨ ਕੀਤਾ ਇਹਨਾਂ ਬੰਦਿਆਂ ਨੇ ਜੀ ਇਹ ਸਾਰੇ ਇਕੱਠੇ ਹੋਏ ਚੁੱਪਚਾਪ ਇਹ ਸਿੱਧੇ ਤੁਰ ਗਏ ਹੂੰ ਹੂੰ ਜਿੱਥੇ ਹਰਿਆਣੇ ਦੇ ਚੀਫ ਮਿਨਿਸਟਰ ਦੀ ਰਹਿਸ਼ ਹੈ ਜੀ ਉੱਥੇ ਨੇੜੇ ਪਹੁੰਚ ਗਏ ਹਮਮ ਤੇ ਇਹਨਾਂ ਨੇ ਨਾਰੇ ਲਾਉਣੀ ਸ਼ੁਰੂ ਕਰਤੇ ਕਿ ਜੀ ਅਸੀਂ ਪ੍ਰੋਟੈਸਟ ਕਰਨ ਆਸਤੇ ਆ ਕਿ ਹਰਿਆਣੇ ਦੀ ਫੋਰਸ ਜਿਹੜੀ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਫਾਇਰਿੰਗ ਕਰ ਰਹੀ ਹੈ ਫਾਇਰਿੰਗ ਕਰਦੀ ਹੈ ਉਹ ਧਰਨਾ ਦੇ ਵਾਸਤੇ ਗਏ ਸੀ ਤੇ ਚੰਡੀਗੜ੍ਹ ਪੁਲਸ ਆ ਗਈ ਹਮਮ ਚੰਡੀਗੜ੍ਹ ਪੁਲਸ ਵਾਲਿਆਂ ਨੇ ਕਿ ਉਹਨੂੰ ਫੜ ਲਿਆ ਮੈਂ ਤਾਂ ਪੱਗ ਵੀ ਪ੍ਰਗਤ ਸਿੰਘ ਉਹਨਾਂ ਦੀ ਦੇਖੀ ਸੀ ਕਿ ਉਹਨਾਂ ਦੀ ਪੱਗ ਵੀ ਜਿਹੜੀ ਅਲੱਗ-ਪੱਗ ਲਹਿਾਂ ਵਰਗੀ ਹੋ ਗਈ ਸੀ ਰਹੀ ਤਾਂ ਨਹੀਂ ਸੀਗੀ ਜਦੋਂ ਮੈਂ ਦੇਖਿਆ ਵੀਡੀਓ 'ਚ ਤੇ ਇਹਨਾਂ ਸਾਰਿਆਂ ਨੂੰ ਉਹਨਾਂ ਨੇ ਜੀ ਫੜ ਲਿਆ ਡਿਟੇਨ ਕਰਕੇ ਲੈ ਲਏ ਤੇ ਹੁਣ ਪਤਾ ਲੱਗਾ ਕਿ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ ਜੀ ਐਫ ਆਈ ਹੂੰ ਹੂੰ 188 332 ਤੇ 353 ਜੀ 353 ਹੁੰਦੀ ਹੈ ਵੀ ਕਿਸੇ ਵੀ ਹੂੰ ਹੂੰ ਸਰਕਾਰੀ ਕਰਮਚਾਰੀ ਦੇ ਉੱਤੇ ਹਮਲਾ ਕਰਨਾ ਜੀ ਤੇ ਨਾਲਦਨ ਵਾਲੀ ਇਸ ਤੋਂ ਹੋਰ ਗੱਲ ਕਰਤੀ ਹੂੰ ਹੂੰ ਕਿ ਦੋਨਾਂ ਮੁੱਖ ਮੰਤਰੀਆਂ ਦੀ ਜੀ ਪੰਜਾਬ ਦੇ ਮੁੱਖ ਮੰਤਰੀ ਤੇ ਹਰਿਆਣੇ ਦੇ ਮੁੱਖ ਮੰਤਰੀ ਦੀ ਸਕਿਉਰਿਟੀ ਟਾਈਟ ਕਰਤੀ ਅੱਛਾ ਜੀ ਨਾਲਦਨ ਚੱਕ ਤੇ ਚੌਂਕ ਨਾਲਦਨ ਵਾਲੀ ਵੀ ਬੜੇ ਖਤਰਨਾਕ ਹੱਤਵੰਦੀ ਆ ਗਏ ਸੀ ਅੱਛਾ ਜੀ ਕਿਉਂਕਿ ਆਪਣਾ ਉਸ ਨਾ ਵੀ ਸੁੱਖਾ ਜਾਂਦਾ ਬੂਨੇ ਚਲੇ ਗਏ ਸੀ ਉਹਦੇ ਹੱਤਵਦੀ ਆ ਗਈ ਖਾਕੂ ਆ ਗਈ ਜਿਹੜੇ ਮਤਲਬ ਪ੍ਰਗਟ ਸੋ ਭਰ ਕੇ ਖਾਕੂ ਆ ਗਈ ਜਿਸ ਬੰਦੇ ਨੇ ਐਡਾ ਨਾਮਨਾ ਖੱਟਿਆ ਹੈ ਜੀ ਭਾਰਤ ਦੇ ਲਈ ਜਿਹੜੀ ਹੈ ਇੱਕ ਹਾਕੀ ਦੇ ਕਪਤਾਨ ਦੇ ਰੂਪ ਦੇ ਵਿੱਚ ਉਹ ਇੱਕ ਅੱਜ ਕੱਲ ਪੋਲੀਟੀਕਲ ਆਦਮੀ ਹੈ ਉਹ ਪੰਜਾਬੀ ਹੈ ਜੇ ਉਹਨੂੰ ਮਹਿਸੂਸ ਹੁੰਦਾ ਕਿ ਉਹਦੇ ਹਮ ਬਤਨਾ ਦੇ ਉੱਤੇ ਤਕਾ ਹੋ ਰਿਹਾ ਹੈ ਜੀ ਦੂਜੀ ਫੋਰਸ ਕਰਦੀ ਆ ਕਿ ਔਰ ਕਾਨੂੰਨ ਦੀ ਅਲਗ ਨਾ ਕਰਕੇ ਕਰਦੀ ਹੈ ਤਾਂ ਉਹਨੂੰ ਪ੍ਰੋਟੈਸਟ ਕਰਨ ਦਾ ਤਾਂ ਹੱਕ ਹੈ ਸੋ ਕੁਮਿੰਦਰ ਸਿੰਘ ਕੋਟਲੀ ਵੀ ਜੇ ਨਾਲਾ ਉਹਦੇ ਖੜਾ ਬੈ ਹੋਰ ਲੋਕ ਵੀ ਖੜੇ ਹੈ ਮੈਂ ਕਹਿੰਨਾ ਵੀ ਉਹਨੂੰ ਸ਼ਾਬਾਸ਼ ਇਹ ਦੇਣੀ ਬਣਦੀ ਹੈ ਪਰ ਦਾਨੇ ਵਾਲੀਆ ਸਾਹਿਬ ਮੈਂ ਖਬਰ ਤਾਂ ਪੜ ਲਈ ਜੀ ਕਾਂਗਰਸ ਪਾਰਟੀ ਵਾਲੇ ਪਾਸੋਂ ਜੇ ਨਖੇਦੀ ਨਹੀਂ ਪੜੀ ਅਸਾਂ ਨਖੇਦੀ ਨਹੀਂ ਆਈ ਨਖੇਦੀ ਮਤਲਬ ਬਸ ਉਹ ਜੀ ਕੋਈ ਕਿਸੇ ਨੇ ਥੱਲੇ ਦੇਤੀ ਹੋਵੇ ਕੋਈ ਪਈ ਰਿਆ ਹੁੰਦੇ ਆ ਨਾ ਵੀ ਉਹ ਪਰਚੇ ਪਰਚੇ ਜੇ ਵੀ ਹੋ ਜਾਂਦੇ ਵੀ ਆ ਫਲਾਨਾ ਜ਼ਿਲ੍ਹਾ ਦਿੱਤਮ ਕਾਜ ਦਾ ਲੋਕ ਐਡੀਸ਼ਨ ਹੋ ਜਾਂਦੇ ਹੂੰ ਹੂੰ ਉਧਰ ਲਈ ਐਡੀਸ਼ਨ ਤਾਂ ਕਿਤੇ ਬੇਸ਼ੱਕ ਹੋ ਗਈ ਵੇ ਲੇਕਿਨ ਜਿਹੜਾ ਹੋਣੀ ਚਾਹੀਦੀ ਸੀ ਜੇ ਉਹ ਨਹੀਂ ਹੋਈ ਸਟੇਟ ਲੈਵਲ ਤੇ ਉਹ ਹੈ ਨਹੀਂਗੀ ਅੱਜ ਵੈਸੇ ਤੁਸੀਂ ਮੇਰੇ ਖੇਲ ਜਾ ਕੇ ਆ ਕਹਿੰਦੇ ਆ ਜਾ ਰਹੇ ਸੀ ਬੱਲੂ ਵੀ ਆ ਰਹੇ ਹੂੰ ਬਾਜਵਾ ਸਾਹਿਬ ਹੂੰ ਤੇ ਆਪੇ ਵੈਸੇ ਦਾ ਜਿਹੜੀ ਹੈਗੇ ਅੱਜ ਬਾਜਵਾ ਸਾਹਿਬ ਤੇ ਕਾਂਗੜ ਸਾਹਿਬ ਦੀ ਵੀ ਕਹਿੰਦੇ ਹੋਈ ਹੈ ਮੁਲਾਕਾਤ ਅੱਜ ਕਾਂਗੜ ਪਿੰਡ ਆਏ ਆ ਪਹਿਲਾਂ ਤਾਂ ਉੱਥੇ ਵੀ ਕਹਿੰਦੇ ਜੀ ਘਟੋਕਲੇਸ਼ ਪੈ ਗਿਆ ਕੀ ਜੀ ਉਹ ਇੱਕ ਮੁੰਡਾ ਚਾਹਲ ਹੈ ਹੂੰ ਨਾ ਤਾਂ ਮੇਰੇ ਹੁਣ ਨਿਕਲ ਗਿਆ ਦਿਮਾਗ ਚੁੱਕੀ ਹੈ ਚਾਹਲ ਵੈਸੇ ਬਸਨੀਕ ਤਾਂ ਹੈਗਾ ਮੁਕਸਰਦਾ ਅੱਛਾ ਜੀ ਅੱਜ ਕੱਲ੍ਹ ਉਹ ਰਾਮਪੁਰ ਹੀ ਰਹਿੰਦਾ ਹੈ ਹੂੰ ਹੂੰ ਇੱਕ ਸਾਬਕਾ ਐਮਐਲਏ ਹੁੰਦੇ ਸੀ ਸਰਦਾਰ ਹਰਵੰਦ ਸਿੰਘ ਜਲਾਲ ਹਾਂਜੀ ਲੰਬਾ ਸਮਾਂ ਹੋ ਗਿਆ ਮੈਨੂੰ ਕਦੇ ਉਹਨਾਂ ਦੇ ਦਰਸ਼ਨ ਨਹੀਂ ਨਸੀਬ ਹੋਏ ਪਤਾ ਨਹੀਂ ਉਹਨਾਂ ਦੀ ਹਾਲਤ ਕੀ ਹੈ ਪਰ ਕਿਸੇ ਜਮਾਨੇ ਦੇ ਵਿੱਚ ਮੇਰੇ ਨਾਲ ਉਹਨਾਂ ਦੀ ਬੜੀ ਨੇੜਤਾ ਹੁੰਦੀ ਸੀ ਅੱਛਾ ਜੀ ਉਹਨਾਂ ਦੇ ਪਰਚੇ-ਪੁਰਚੇ ਵੀ ਹੋਏ ਸੀ ਉਦੋਂ ਮੈਂ ਵੀ ਉਹਨਾਂ ਦੇ ਨਾਲ ਉਹਨਾਂ ਦੀ ਪੈਰ ਵੀ ਕਰਦਾ ਰਿਹਾ ਹੂੰ ਹੂੰ ਇਹ ਉਹਨਾਂ ਦਾ ਦੋਤਾ ਹੈ ਅੱਛਾ ਹਰਵੰਦ ਸਿੰਘ ਜਲਾਲ ਸਭ ਤੋਂ ਛੋਟੀ ਉਮਰ ਦਾ ਬੰਦਾ ਐਮਐਲਏ ਬਣਿਆ ਸੀ ਉਸ ਵੇਲੇ ਠੀਕ ਹੈ ਉਸ ਵਿਧਾਨ ਸਭਾ ਚ ਰਾਮਪੁਰਾ ਫੂਲ ਹਲਕੇ ਤੋਂ ਇਹ ਉਹਨਾਂ ਦਾ ਦੋਤਾ ਮੁੰਡੇ ਦੇ ਕੋਲੇ ਕਹ ਮਤਲਬ ਜਿਹੜਾ ਹੈਗਾ ਹੱਥ ਖੁੱਲਾ ਹੈ ਹੂੰ ਹੂੰ ਪੈਸੇ ਤੇ ਲਈ ਦੀ ਕਮੀ ਕੋਈ ਨਹੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਆਦਾ ਤਕੜੀ ਹੈ ਉਹ ਬੰਦਾ ਇੱਥੇ ਆ ਲਾਤਾ ਇਨਚਾਰਜ ਅੱਛਾ ਜੀ ਕਿਉਂਕਿ ਉਦੋਂ ਗੁਰਪ੍ਰੀਤ ਸਿੰਘ ਕਾਂਗਰਸ ਚਲਾ ਗਿਆ ਸੀ ਕਾਂਗਰਸ ਨੂੰ ਸਸਤੀ ਕਰਵਾ ਲਾ ਕੇ ਸਸਤੀ ਗੱਲ ਕਰਕੇ ਆ ਸੀ ਆ ਆ ਆ ਇਹ ਚ ਫਾੜ ਫਾੜ ਹੂੰ ਤੇ ਹਲਕਾ ਖਾਲੀ ਸੀ ਤੇ ਫਿਰ ਉਹ ਮੁੰਡੇ ਨੂੰ ਰਾਜ ਸੀ ਮੱਚ ਮੱਚ ਸੀਗੀ ਤੇ ਇਹ ਲੋ ਨੇ ਕਿਹਾ ਜੀ ਵੀ ਸਾਡਾ ਤਾਂ ਜੱਦੀ ਪੁਸ਼ਤੀ ਹੈਗਾ ਮੈਂ ਉੱਤੇ ਜੇ ਉਹਨ ਤੁਸੀ ਦੇਖੋਏ ਬੇਸੇ ਰੰਪਰ ਫੁੱਲ ਹਲਕੇ ਦੀ ਬਲਕਣਤਾ ਹੈ ਹਰਵੰਦ ਸਿੰਘ ਸਿੱਧੂ ਬੜੇ ਪਾਵਰਫੁਲ ਲੀਡਰ ਹੋਏ ਐ ਕਾਂਗਰਸ ਪਾਰਟੀ ਦੇ ਹੂੰ ਉਹ ਹਰਵੰਦ ਸਿੰਘ ਸਿੱਧੂ ਦਾ ਪਿੰਡ ਵੀ ਅਜੀਮਗੜਾ ਹੈ ਜਿਹੜਾ ਹੰਬੌਰ ਦੇ ਵਿੱਚ ਹੈ ਜੀ ਇੱਥੇ ਤਾਂ ਉਹਨਾਂ ਦੀ ਮੈਰਿਜ ਹੋਈ ਵੀ ਸੀ ਹੂੰ ਉਹ ਇੱਥੇ ਆ ਕੇ ਮਤਲਬ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਸੀ ਤੇ ਇੱਥੇ ਐਮ ਐਲ ਏ ਬਣ ਗਏ ਤੇ ਇੱਥੋਂ ਹੀ ਫਿਰ ਉਹ ਵਜ਼ੀਰ ਵੀ ਬਣ ਗਏ ਸੀ ਇੱਕ ਵਾਰੀ ਐਸ ਐਸ ਬੋਰਡ ਦੇ ਚੇਅਰਮੈਨ ਵੀ ਰਹੇ ਹੈ ਤੇ ਲੋਕਾਂ ਨੂੰ ਉਹਨਾਂ ਨੇ ਨੌਕਰੀਆਂ ਵੀ ਬੜੀਆਂ ਦਿੱਤੀਆਂ ਸੀ ਜੀ ਜੀ ਉਹ ਬਣ ਸਕਦੇ ਤਾਂ ਫਿਰ ਇਹ ਮੁੰਡਾ ਚਾਹ ਲੈ ਜਿਹੜਾ ਇਹਦੇ ਵੀ ਦਿਮਾਗ ਚ ਹੈ ਉਹ ਦੋ ਕਿ ਕਾਂਗਰਸ ਸਾਹਿਬ ਦੁਆਰਾ ਕਾਂਗਰਸ ਚ ਫੇਰ ਆ ਕੇ ਕਹਿੰਦੇ ਉਹ ਆਏ ਆ ਬਾਜਵਾ ਸਾਹਿਬ ਦੀ दखਲ ਅੰਦਾਜ਼ੀ ਨਾਲ ਹੂੰ ਹੂੰ ਤੇ ਬਾਜਵਾ ਸਾਹਿਬ ਨੇ ਕਿਹਾ ਜੀ ਆਓ ਇਹਨਾਂ ਨੂੰ ਬੜਿੰਗ ਸਾਹਿਬ ਨੂੰ ਜੀ ਉਹ ਕਹਿੰਦੇ ਜੀ ਚੱਲਾਂਗੇ ਤੇ ਨਾਲ ਹੀ ਉਹ ਮੁੰਡੇ ਨੇ ਕਹਿਤਾ ਵੀ ਭਾਈ ਫਿਰ ਮੇਰੇ ਘਰੇ ਕਿਉਂ ਨਹੀਂ ਆਉਂਦੇ ਹੂੰ ਉਹਨੇ ਵੀ ਆਪਦੇ ਘਰੇ ਮੀਟਿੰਗ ਰੱਖ ਲਈ ਅੱਛਾ ਜੀ ਪਹਿਲਾਂ ਕਾਂਗੜ ਨੇ ਰੱਖੀ ਫਿਰ ਉਹਨੇ ਮੀਟਿੰਗ ਰੱਖ ਲਈ ਉੱਥੇ ਕਾਂਗੜ ਰੁਸ ਗਿਆ ਹੂੰ ਉਹ ਕਹਿੰਦਾ ਵੀ ਮੈਂ ਜੇ ਤੁਸੀਂ ਉਹਦੇ ਜਦ ਮੇਰੀ ਕੈਨਸਲ ਕਰਦੇ ਹੋ ਫਿਰ ਉਹਦੇ ਨਹੀਂ ਜਾਣਾ ਅੱਛਾ ਜੀ ਬਾਜਵਾਤ ਸਾਹਿਬ ਤਾਂ ਕਹਿੰਦੇ ਕਹਿੰਦੇ ਸ਼ਾਇਦ ਵੀ ਉਹਨਾਂ ਨੇ ਕਹਿੰਦਾ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਜਾਂਦਾ ਪਰ ਰਾਜਾ ਬੜਿੰਕਾ ਤਾਂ ਵੀ ਮੈਂ ਤਾਂ ਜਾਊਂਗਾ ਉਹ ਹੁਣ ਮੈਨੂੰ ਲੱਗਦੀ ਹੈ ਕਿ ਉਹ ਤਾਂ ਜਿਹੜੀ ਸੀ ਨਾ ਇੱਕ ਇੱਕ ਵਜ਼ੀਰ ਦੇ ਘਰੇ ਹੋਣਾ ਸਾਬਕਾ ਵਜ਼ੀਰ ਦੇ ਘਰੇ ਤੇ ਭਵਿਕਲਾ ਜਿਹੜਾ ਐਮਐਲਏ ਆਪਣੇ ਆਪ ਨੂੰ ਦੇਖੀ ਜਾਂਦਾ ਉਹਦੇ ਘਰੇ ਨਾ ਆਉਂਦਾ ਉਹ ਕਟੋਕਲਿਸਟ ਅੱਡ ਪੈ ਗਿਆ ਪਰ ਅਗਲੀ ਗੱਲ ਵੀ ਉਹਨਾਂ ਨੇ ਬੱਲੋ ਪਿੰਡ ਵੀ ਜਾਣਾ ਸੀ ਹੂੰ ਹੂੰ ਬਾਜਵਾਤ ਸਾਹਿਬ ਦਾ ਪ੍ਰੋਗਰਾਮ ਬੱਲੋ ਬੱਲੋ ਪਿੰਡ ਦਾ ਸੀ ਪਤਾ ਨਹੀਂ ਅਜੇ ਤੱਕ ਪਹੁੰਚੇ ਨਹੀਂ ਪਹੁੰਚੀ ਹੂੰ ਹੂੰ ਕੀ ਸਥਿਤੀ ਹੈ ਸੋ ਇਹ ਹਾਲਤ ਹੈ ਉੱਥੇ ਦੀ ਪਰ ਇਹ ਅਭੀ ਜਿਹੜਾ ਆ ਐ ਇਹੋ ਜਿਹੇ ਮਾਮਲਿਆਂ ਦੇ ਵਿੱਚ ਪ੍ਰੋਟੈਸਟ ਕੀਤੇ ਜਾਂਦੇ ਆ ਵੈਸੇ ਉਹ ਐਫ ਆਈ ਆਰ ਦੀ ਬਜਾਏ 353 ਵਰਗੀਆਂ ਧਰਾ ਮਦਦ ਲਾਉਣ ਵਾਲੀ ਗੱਲ ਨਹੀਂ ਕਿਉਂਕਿ ਜਿਹੜੇ ਪੋਲਿਟਿਕਲ ਆਦਮੀ ਹੁੰਦੇ ਆ ਦਾਨੇ ਵਾਲੇ ਸਭ ਕਦੇ ਵੀ ਜੀ ਮੈਨ ਹੈਂਡਲਿੰਗ ਨਹੀਂ ਕਰਦੇ ਨਹੀਂ ਕਰਦੇ ਉਹ ਧੱਕਾ ਮੁੱਕੀ ਨਹੀਂ ਕਰਦੇ ਪ੍ਰੋਟੈਸਟ ਕੀਤਾ ਜੀ ਨਹੀਂ ਅੱਜ 44 ਦੀ ਉਲੰਘਣਾ ਕਰਤੀ ਜੀ 188 ਵਗੈਰਾ ਲਾਦੇ ਤਾਂ ਲੱਗਦਾ ਦੇਖੇ ਪਰ ਆ ਜਿਹੜੀ ਹੈਗੀ 353 ਲਾਉਣੀ ਮੇਰੇ ਖਿਆਲ ਮੁਤਾਬਕ ਥੋੜੀ ਜੀ ਜ਼ਿਆਤੀ ਹੋਣੀ ਹੈ ਜ਼ਿਆਤੀ ਹੈ ਜੀ ਹੂੰ ਹੂੰ ਤੇ ਹੁਣ ਗੱਲ ਕਰੀਏ ਜੀ ਯੂਪੀ ਚ ਕਾਂਗਰਸ ਤੇ ਸਮਾਜਵਾਦੀ ਪਾਰਟੀ ਦਾ ਕਹਿੰਦੇ ਗੱਠਜ ਧੰਨਿਆ ਲਈ ਸਭ ਡਵੈਲਪਮੈਂਟ ਕਾਫੀ ਤਕੜੀ ਹੈ ਹਮ ਕਿਉਂਕਿ ਜਦੋਂ ਇੰਡੀਆ ਬਣਿਆ ਇੰਡੀਆ ਨੂੰ ਬਣਾਉਣ ਦੀ ਪਹਿਲ ਕਦਮੀ ਜਿਹੜੀ ਲਈ ਸੀ ਜੀ ਉਹ ਲਈ ਸੀ ਨਤੀਸ਼ ਕੁਮਾਰ ਨੇ ਹਮ ਤੇ ਫਿਰ ਨਤੀਸ਼ ਕੁਮਾਰ ਦੀ ਪਤਾ ਨਹੀਂ ਕਿਹੜੀ ਕਮਜ਼ੋਰ ਨਸ ਫੜ ਲਈ ਹਮ ਮੋਦੀ ਸਾਹਿਬ ਨੇ ਤੇ ਅਮਿਤ ਸ਼ਾਹ ਹੋਰ ਨਹੀਂ ਹਮ ਹਮ ਤੇ ਉਹ ਆਪਣੀ ਬੜੀ ਬਣਾਈ ਸਰਕਾਰ ਛੱਡ ਕੇ ਤੇ ਭਾਰਤੀ ਜਨਤਾ ਪਾਰਟੀ ਦੀ ਮਦਦ ਦੇ ਨਾਲ ਦੁਬਾਰਾ ਮੁੱਖ ਮੰਤਰੀ ਬਣ ਗਏ ਨੌਵੀਂ ਵਾਰੀ ਜੀ ਤੇਜਸਵੀ ਯਾਦਵ ਜਦੋਂ ਉਹਨਾਂ ਨੇ ਭਰੋਸੇ ਦਾ ਵੋਟ ਲਿਆ ਹੂੰ ਉਹਦੇ ਤੇ ਬੋਲਦੇ ਆ ਤਜਸਵੀ ਯਾਦਵ ਨੇ ਇੱਕ ਗੱਲ ਕਹੀ ਸੀ ਮੈਨੂੰ ਵੈਸੇ ਗੱਲ ਉਹਦੀ ਬੜੀ ਵਧੀਆ ਲੱਗੀ ਜੀ ਉਹ ਕਹਿੰਦੇ ਮੋਦੀ ਸਾਹਿਬ ਗਰੰਟੀਆਂ ਬਹੁਤ ਦਿੰਦੇ ਹੂੰ ਹੂੰ ਕਹਿੰਦੇ ਕੀ ਉਹ ਇਹ ਗਰੰਟੀ ਦੇਣਗੇ ਜੀ ਕਿ ਦਸਵੀਂ ਵਾਰੀ ਜਿਹੜੀ ਹੈ ਆਜ਼ਾਦ ਨਹੀਂ ਸੰਭਾਲਣਗੇ ਸੌ ਨਹੀਂ ਚੁੱਕਣਗੇ ਸਾਡੇ ਮੁੱਖ ਮੰਤਰੀ ਸਾਹਿਬ ਚਾਚਾ ਜੀ ਕਹਿੰਦਾ ਉਹ ਹੂੰ ਹੂੰ ਕਿ ਇਹ ਨਹੀਂ ਚੁੱਕਣਗੇ ਉਹਦੇ ਤੱਕ ਮੋਦੀ ਸਾਹਿਬ ਤਾਂ ਉਹਦੇ ਬੋਲੇ ਨਹੀਂ ਪਰ ਧਾਨੇ ਵਾਲੀ ਸਭ ਹੁਣ ਖਬਰਾਂ ਇਹ ਆਉਣੀਆਂ ਸ਼ੁਰੂ ਹੋ ਗਈਆਂ ਜੀ ਕਿ ਪਮੇ ਨतीश ਕੁਮਾਰ ਚਲੇ ਗਏ ਸੀ ਭਾਰਤੀ ਜਨਤਾ ਪਾਰਟੀ ਨਾਲ ਪਰ ਸਥਿਤੀ ਉੱਥੇ ਵੀ ਜਿਹੜੀ ਹੈਗੀ ਹੈ ਉਹ ਠੀਕ ਨਹੀਂ ਠੀਕ ਨਹੀਂ ਸ਼ਾਇਦ ਦਸਵੀਂ ਵਾਰੀ ਇਧਰ ਦੁਬਾਰਾ ਫੇਰ ਆਏ ਤੇ ਇਹ ਹਰਕਤਾਂ ਹੂੰ ਹੂੰ ਤਾਂ ਗੋਦੀ ਮੀਡੀਆ ਨੇ ਫਿਰ ਉਸ ਵੇਲੇ ਚੱਕਤਾ ਸੀ ਵੀ ਜੀ ਇੰਡੀਆ ਕਿਆ ਹੂੰ ਹੂੰ ਕਦੇ ਤਾਂ ਉਹ ਕੇਜਰੀਵਾਲ ਦਾ ਬਿਆਨ ਲਾ ਦਿੰਦੇ ਕਦੇ ਉਹ ਸੰਦੀਪ ਪਾਟਕ ਦਾ ਲਾ ਦਿੰਦੇ ਜੀ ਕਿਦਰੇ ਬੀਬੀ ਮਮਤਾ ਬੇਨਰਜੀ ਵਾਲਾ ਲਾ ਦਿੰਦੇ ਉੱਡ ਗਿਆ ਜੀ ਇਹਨਾਂ ਦੇ ਪੱਲੇ ਕੀ ਹੈ ਪੱਲੇ ਕੁਝ ਨਹੀਂ ਇਹਨਾਂ ਅੱਜ ਮੈਂ ਇੱਕ ਬੜੇ ਸੀਨੀਅਰ ਜਰਨਲਿਸਟ ਨੂੰ ਸੁਣ ਰਿਹਾ ਸੀ ਹੂੰ ਉਹਨੇ ਇੱਕ ਬੜੀ ਵਧੀਆ ਗੱਲ ਕਹੀ ਉਹਦਾ ਵੀ ਕਿਸੇ ਥਾਂ ਦੇ ਉੱਤੇ ਰਾਹੁਲ ਗਾਂਧੀ ਦੀ ਲੱਗੀ ਪਈ ਹੋਵੇ ਫੋਟੋ ਜੀ ਤੇ ਆਪਣਾ ਅਖਲੇਸ਼ ਜਦ ਉਹ ਥੁੰਦੀ ਜਾਂਦਾ ਹੋਵੇ ਹੂੰ ਹੂੰ ਕੁਦਰਤੀ ਉਹਨੂੰ ਖੰਗਾ ਜੀ ਜੀ ਉਹਦੇ ਸੰਗ ਚ ਆ ਜੇ ਖੰਗਾਰ ਹੂੰ ਹੂੰ ਤੇ ਉਹ ਖੰਗਾਰ ਆਪ ਦਾ ਹਰ ਇੱਕ ਬੰਦਾ ਸੋਚਦਾ ਵੀ ਮੈਨੂੰ ਨਾਲ ਦੀ ਨਾਲ ਕੱਢ ਦੇ ਬਲਕਿ ਕੱਢੂਗਾ ਜੇ ਕੈਂਸਲ ਤੇ ਕਹਿੰਦਾ ਗੋਦੀ মিডিਆ ਲਿਖਦਾ ਸੀ ਰਾਹੁਲ ਦੀ ਫੋਟੋ ਤੇ ਠੁਕਤਾਉਣੀ ਉਹਦਾ ਜਾ ਹੀ ਨਹੀਂ ਸਕਦਾ ਕਾਂਗਰਸ ਪਾਰਟੀ ਇਸ ਵੇਲੇ ਬਹੁਤ ਕਮਜ਼ੋਰ ਹੈ ਜੀ ਯੂਪੀ ਦੇ ਵਿੱਚ ਹੂੰ ਹੂੰ ਇਸਲੀ ਬਾਰੀ ਦੋ ਸੀਟਾਂ ਹੁੰਦੀਆਂ ਸੀ ਉਹਨਾਂ ਕੋਲੇ ਤੇ ਐਤਕੀ ਉਹਨਾਂ ਕੋਲੇ ਦੋਆਂ ਦੇ ਵਿੱਚੋਂ ਇੱਕੋ ਹੀ ਰਹਿ ਗਈ ਜੀ ਕਿਉਂਕਿ ਰਾਹੁਲ ਗਾਂਧੀ ਅਮਿੱਥੀ ਤੋਂ ਹਾਰ ਗਿਆ ਸੀ ਹਮਮ ਔਰ ਬਰੇਲੀ ਤੋਂ ਉਹਦੀ ਮਾਂ ਜਿੱਤ ਗਈ ਸੀ ਜੀ ਹੁਣ ਉਹਦੀ ਮਾਂ ਬਣ ਗਈ ਹੈ ਰਾਜਸਥਾਨ ਚੋਂ ਰਾਜ ਸਭਾ ਦੀ ਮੈਂਬਰ ਮੈਂਬਰ ਉਹ ਲੜੂਗੀ ਨਹੀਂ ਦੋ ਸੀਟਾਂ ਇੱਕ ਦੋ ਸੀਟਾਂ ਮਤਲਬ ਇੱਕ ਇੱਕੋ ਹੀ ਸੀਟ ਰਹਿ ਗਈ ਸੀ ਹਮਮ ਪਰ ਇਹ ਹੁਣ ਇਹ ਸੀ ਉਹ ਮੰਗਦੇ ਸੀ 20 ਸੀਟਾਂ ਵੀ ਸਾਨੂੰ ਘੱਟੋ ਘੱਟ 20 ਸੀਟਾਂ ਦਿਓ ਜੀ ਅਖਲੇਸ਼ ਯਾਦਵਨ ਨੂੰ ਕਹਿੰਦਾ ਚਾਰ ਲੈ ਲਓ ਪੰਜ ਲੈ ਲਓ ਤੁਹਾਡੀ ਤਾਂ ਔਕਾਤ ਹੀ ਨਹੀਂ ਹੈ ਇਸ ਗੱਲ ਦੇ ਉੱਤੇ ਉਹਨਾਂ ਦਾ ਰੌਣਕ ਪਈ ਰਹੀ। ਜੀ। ਅਖਬਾਰਾਂ 'ਚ ਗੱਲਾਂ ਕੁਝ ਹੋ ਰਹੀਆਂ ਲੱਗੀਆਂ ਪਰ ਅੰਦਰ ਖਾਤੇ ਉਹਨਾਂ ਦਾ ਕੰਮ ਚੱਲਦਾ ਰਿਹਾ। ਚੱਲਦਾ ਰਿਹਾ। ਤੇ ਕੱਲ ਦਾਨੇ ਵਾਲੇ ਸਭ ਅਚਨਚੇਤ ਇੱਕ ਖਬਰ ਆ ਗਈ ਹੂੰ ਹੂੰ ਕਿ ਦੋਨਾਂ ਪਾਰਟੀਆਂ ਦੇ ਲੀਡਰਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਤੀ। ਅੱਛਾ ਜੀ। ਕਹਿੰਦੇ ਸਾਡਾ ਘੱਟ ਜੁੜ ਹੋ ਗਿਆ। ਓਕੇ। ਕਾਂਗਰਸ ਪਾਰਟੀ ਨੂੰ ਸ਼ਰਤਾਂ 17 ਸੀਟਾਂ। ਹੂੰ ਹੂੰ। 12 ਨਸੀ ਤੇ ਖਲੇਸ਼ ਜਾਦਵ ਨੇ ਆਪਦਾ ਬੰਦਾ ਖੜਾ ਕਰਤਾ ਸੀ ਪਰ ਉਹਨੇ ਨਾਲ ਦੀ ਨਾਲ ਐਲਾਨ ਕਰਤਾ ਕਿ ਵੀ ਡਰਾ ਕਰ ਦੇ। ਬਿ ਡਰਾ ਕਰ ਦੇ। ਬਾਕੀ ਦੇ ਅਗਗੇ 36 ਸੀਟਾਂ। ਹੂੰ ਹੂੰ। 36ਾਂ ਦੇ ਵਿੱਚੋਂ ਇੱਕ ਸੀਟ ਸ਼ਰ ਚੰਦਰ ਸ਼ੇਖਰ ਆਜ਼ਾਦ ਨੂੰ ਅੱਛਾ ਜੀ ਉਹ ਬੜਾ ਮਿਲੀਟੈਂਟ ਜਿਹੜਾ ਹੈ ਦਲਤਕੂ ਹੈ ਬਿਲਕੁਲ ਕਿਉਂਕਿ ਉੱਥੇ ਦੀ ਸਥਿਤੀ ਇਹ ਹੈ ਕਿ ਬੀਬੀ ਮਾਇਆਬਤੀ ਉਹ ਕਿਸੇ ਪ੍ਰੈਸ਼ਰ ਦੀ ਵਜ੍ਹਾ ਕਾਰਨ ਜਿਹੜਾ ਉਹਦਾ ਪਹਿਲਾਂ ਵਾਲਾ ਮਤਲਬ ਫਾਂਸ ਸੀ ਨਾ ਉਹ ਫਾਂ ਹੈ ਨਹੀਂ ਰਿਹਾ ਉਹ ਰਿਹਾ ਨਹੀਂਗਾ ਤੇ ਉਹਦੇ ਤੋਂ ਦਲਤ ਭਾਈਚਾਰਾ ਜਿਹੜਾ ਹੈਗਾ ਨਿਰਾਸ਼ ਹੈ ਹਮਮ ਔਰ ਇਹ ਮੁੰਡਾ ਜਿਹੜਾ ਹੈਗਾ ਬੜਾ ਖਾੜਕੂ ਹੈ ਹਰ ਥਾਂ ਤੇ ਪਹੁੰਚਦਾ ਜਿੱਥੇ ਦਲਤਾਂ ਦੇ ਉੱਤੇ ਠਕਾ ਹੁੰਦਾ ਹੈ ਜੀ ਔਰ ਇਹਦੀ ਉੱਥੇ ਥੋੜੀ ਜਿਹੀ ਜਿਹੜੀ ਹੈ ਪੋਜੀਸ਼ਨ ਬੜੀ ਹੈ ਤੇ ਉਹਨਾਂ ਨੇ ਇਸ ਗੱਲ ਕਰਕੇ ਕਿ ਇਹ ਵੋਟਾਂ ਇਹਨਾਂ ਵੀ ਸੰਭਾਲ ਲਏ ਜਾਣੀ ਨੂੰ ਨਾਲ ਲੈ ਲੀਏ ਉਹਦੇ ਨਾਲ ਉਹਨਾਂ ਨੇ ਸਮਝਾਤਾ ਉਹ ਕਰ ਲਿਆ ਜੀ ਬਾਕੀ ਦੇ ਨਿੱਕੇ ਮੋਟੀਆਂ ਪਾਰਟੀਆਂ ਹੋ ਰਹਾ ਉੱਥੇ ਕੀ ਕਰਦਗੇ ਹੁਣ ਇਹਦਾ ਅਸਰ ਦੇਖਣ ਵਾਲੀ ਗੱਲ ਏ ਹਮਮ ਕਿਉਂਕਿ ਕਾਂਗਰਸ ਪਾਰਟੀ ਭਾਵੇਂ ਬਹੁਤ ਕਮਜ਼ੋਰ ਹੋ ਗਈ ਸੀ ਪਰ ਜਦੋਂ ਰਾਹੁਲ ਗਾਂਧੀ ਨੇ ਆ ਯਾਤਰਾ ਸ਼ੁਰੂ ਕੀਤੀ ਹੈ ਨਾ ਜੀ ਪਹਿਲਾ ਭਾਰਤ ਜੁੜੂ ਯਾਤਰਾ ਤੇ ਫਿਰ ਭਾਰਤ ਜੁੜੂ ਯਾਤਰਾ ਨਾਲ ਹੀ ਉਹ ਕਰਤਾ ਸੀ ਵੀ ਇਹ ਨਿਆ ਯਾਤਰਾ ਏਦਾ ਅਸਰ ਦਿਖਦਾ ਕਿਉਂਕਿ ਜਿੱਥੇ ਜਾਂਦਾ ਭੀੜਾਂ ਬਹੁਤ ਜ਼ਿਆਦਾ ਹੁੰਦੀਆਂ ਔਰ ਖਾਸ ਕਰਕੇ ਜਿਹੜਾ ਘੱਟ ਗਿਣਤੀ ਭਾਈਚਾਰਾ ਜੀ ਜੇ ਆਪਾਂ ਜੁਪੀ ਦੀ ਗੱਲ ਕਰੀਏ ਤਾਂ ਉਹ ਮੁਸਲਮਾਨ ਹੈ ਮੁਸਲਮਾਨ ਭਾਈਚਾਰਾ ਕਿਸੇ ਜਮਾਨੇ ਦੇ ਵਿੱਚ ਹੁੰਦਾ ਸੀ ਅਖਲੇਸ਼ ਸਿੰਘ ਜਾਦਵ ਦੀ ਪਾਰਟੀ ਸਮਾਜਵਾਦੀ ਪਾਰਟੀ ਜੀ ਜੀ ਜਦੋਂ ਬਾਬਰੀ ਮਸਜਿਦ ਨੂੰ ਤੈਸ ਨੈਸ ਕੀਤਾ ਸੀ ਉਸ ਵੇਲੇ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਨਾਲ ਉਹ ਰਹਿ ਨਹੀਂ ਸਕਿਆ ਫਿਰ ਉਹ ਥੋੜਾ ਥੋੜਾ ਟੁੱਟ ਕੇ ਬੀਬੀ ਮਾਇਆਬਤੀ ਵਾਲੇ ਪਾਸੇ ਜਾਣ ਲੱਗ ਗਿਆ ਦਲਦ ਭਾਈਚਾਰਾ ਤਾਂ ਮਾਈ ਮਾਇਆਬਤੀ ਨਾਂ ਹੈਗੇ ਹੀ ਹੈਗੇ ਸੀ ਹੁਣ ਜਿਹੜੀ ਹੈ ਜੀ ਇਹਨਾਂ ਦੀ ਜਿਹੜੇ ਘੱਟ ਜੂੜ ਹੋ ਗਿਆ ਇਸ ਗੱਠਜੂੜ ਨਾਲ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਨਾ ਮੁਸਲਮਪਾਈ ਚਾਰੇ ਦਾ ਉਹਦੀ ਬਿਰਖਲ ਉੱਥੇ ਜਿਹੜੀ ਹੈ ਉਹ ਬੋਟ ਬੋਟ ਪਰਤੀਸ਼ਤਾ 18-19% ਹੈ ਜੀ ਜੂਪੀ ਜੀ ਹਮ ਹਮ ਅਰ ਉਸ ਦੇ ਵਿੱਚ ਜੇ 18-19% ਦੇ ਵਿੱਚੋਂ 15% ਵੀ ਕੜਸ ਵੀ ਆ ਜੇ 10 ਵੀ ਆ ਜੇ ਤਾਂ 10 ਵੀ ਆ ਜੇ ਤਾਂ ਫਰਕ ਬੜਾ ਪੈਂਦਾ ਹਮ ਹਮ ਵੈਸੇ ਤਾਂ ਜਿਹੜੀ ਹੈਗੇ ਗੋਦੀ ਮੀਡੀਆ ਵਾਲੇ ਇਹ ਦੇਈ ਜਾਂਦੇ ਜੀ 80 ਦੇ ਵਿੱਚੋਂ 72 ਸੀਟਾਂ ਜਿੱਤਣਗੇ ਹਮ ਹਮ ਕਈ 80 ਦੀਆਂ ਸੀ ਕਹੀ ਜਾਂਦੀ ਐ ਲੇਕਿਨ ਜਿਹੜਾ ਗੱਠਜੋੜ ਬਣ ਰਿਹਾ ਤੇ ਇਹ ਗੱਠਜੋੜ ਨੂੰ ਜੇ ਆਪਾਂ ਦੇਖੀ ਤੇ ਇਹ ਗੱਠਜੋੜ ਬੜਾ ਪੋਜੀਟਿਵ ਹੈ ਜੀ ਨਾਲ ਜੇ ਆਪਾਂ ਦੇਖੀ ਤਾਂ ਦੂਜੇ ਪਾਸੇ ਬਿਹਾਰ ਦੇ ਵਿੱਚ ਵੀ ਲਗਭਗ ਗੱਠਜੋੜ ਉਹਨਾਂ ਦਾ ਹੋਣ ਵਾਲਾ ਹੀ ਹੈ ਹੂੰ ਹੂੰ ਕਿਉਂਕਿ ਅਖਲੇਸ਼ ਆਪਣਾ ਜਿਹੜਾ ਤਜਸਵੀ ਯਾਦਵ ਹੈ ਜੀ ਜਦੋਂ ਨਿਆ ਯਾਤਰਾ ਬਿਹਾਰ ਦੇ ਵਿੱਚ ਗਈ ਹੈ ਹੂੰ ਹੂੰ ਤੇ ਜਿਹੜੀ ਲਾਲ ਰੰਗ ਦੀ ਉਹਦੀ ਫੇਵਰਿਟ ਜੀਪ ਹੈ ਉਹਦਾ ਉਹ ਸਾਰਥੀ ਕਹ ਲਈਏ ਆਪਾਂ ਹਿੰਦੀ ਡਰਾਈਵਰ ਉਹ ਬਣਿਆ ਹੋਇਆ ਸੀ ਤੇ ਨਾਲ ਬੈਠਾ ਸੀ ਰਾਹੁਲ ਗਾਂਧੀ ਹੂੰ ਹੂੰ ਉਹਨਾਂ ਦੋਨਾਂ ਦਾ ਜਿਹੜੀ ਆਪਸ ਵਿੱਚ ਜਿਹੜੀ ਹੈ ਨਾ ਕੈਮਿਸਟਰੀ ਜੀ ਇੰਨੀ ਸ਼ਾਨਦਾਰ ਮਿਲਦੀ ਹੈ ਤੇ ਨਾਲ ਉਥੇ ਕਨੇ ਯਾਕਮਾਰ ਵਰਗੇ ਵੀ ਹੈਗੇ ਜਿਹੜੇ ਬੰਦੇ ਉਹਨੂੰ ਕਾਂਗਰਸ ਚ ਆ ਗਏ ਹੂੰ ਹੂੰ ਇੱਕ ਬੜੀ ਵਧੀਆ ਟੀਮ ਉਹ ਬਣਦੀ ਹੈ ਤੇ ਇਹ ਦੋ ਸਟੇਟਾਂ ਹੋ ਗਈਆਂ ਜੀ ਅਗਲੀ ਗੱਲ ਮੈਂ ਤੁਹਾਨੂੰ ਹੁਣ ਉਹ ਵੀ ਦੱਸ ਹੀ ਦੇਵਾਂ ਕਿ ਭਾਵੇਂ ਗੋਦੀ ਮੀਡੀਆ ਕਹਿ ਰਿਹਾ ਜੀ ਬੜਾ ਦੁਖੀ ਹੈ ਕੇਜਰੀਵਾਲ ਅੱਛਾ ਇਹ ਜਸਾ ਥੱਕ ਗਿਆ ਸਾਡੀ ਤਾਂ ਕੋਈ ਗੱਲਬਾਤ ਨਹੀਂ ਦੀ ਕਹਿੰਦੇ ਗੱਲਬਾਤ ਉਤਰ ਵੀ ਹੋਗੀ ਉਧਰ ਵੀ ਹੋਗੀ ਉਹ ਅੱਜ ਜਾਂ ਕੱਲ ਪ੍ਰੈਸ ਕਾਨਫਰੰਸ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਜਿਹੜੀਆਂ ਅੰਮ ਦਿੱਲੀ ਦੀਆਂ ਸੱਤਾਂ ਜੀ ਸੱਤਾਂ ਦੇ ਵਿੱਚੋਂ ਚਾਰ ਤਿੰਨ ਦਾ ਫੈਸਲਾ ਹੋ ਗਿਆ ਹੂੰ ਹੂੰ ਚਾਰ ਆਮ ਆਦਮੀ ਪਾਰਟੀ ਤੇ ਤਿੰਨ ਕਾਂਗਰਸ ਜੀ ਔਰ ਇਹਦੇ ਇਹਦੇ ਵਿੱਚ ਕਾਂਗਰਸ ਪਾਰਟੀ ਇੱਕ ਦੋ ਸੀਟਾਂ ਉਹਨਾਂ ਨੂੰ ਛੱਡੂਗੀ ਗੁਜਰਾਤ ਦੇ ਵਿੱਚ ਗੁਜਰਾਤ ਤੇ ਸ਼ਾਇਦ ਇੱਕ ਅੰਦੀ ਸੀਟ ਕਿਸੇ ਹੋਰ ਸੂਬੇ ਛੱਡ ਦੇ ਮਤਲਬ ਜਿੰਨਾ ਕੋ ਉਹਨਾਂ ਨੇ ਉਹਨਾਂ ਨੂੰ ਸੀਟਾਂ ਛੱਡਣਗੇ ਉਹਨਾਂ ਕਿ ਦੂਜੇ ਨੂੰ ਕੰਪਨਸੇਟ ਕਰ ਲੈਣਗੇ ਕਰ ਲੈਣਗੇ ਤਾਂ ਇਹਦਾ ਮਤਲਬ ਹੈ ਵੀ ਤਿੰਨ ਧਿਰਾਂ ਤਾਂ ਹੋ ਗਈਆਂ ਹੂੰ ਹੂੰ ਬਿਹਾਰ ਜੂਪੀ ਜੀ ਦਿੱਲੀ ਗੁਜਰਾਤ ਇਹ ਤਾਂ ਹੋ ਗਿਆ ਅੱਗੇ ਰਹਿ ਗਿਆ ਜੀ ਤਾਮਿਲਨਾਡੂ ਜੀ ਤਾਮਿਲਨਾਡੂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਪੱਲੇ ਹੀ ਕੱਖ ਨਹੀਂ ਉੱਥੇ ਦੋ ਦਰਾਬਡ ਪਾਰਟੀਆਂ ਇੱਕ ਡੀਐਮਕੇ ਤੇ ਅਨਾ ਡੀਐਮਕੇ ਡੀਐਮਕੇ ਜਿਹੜੀ ਹੈਗੀ ਹੈ ਉਹ ਕਾਂਗਰਸ ਪਾਰਟੀ ਨਾਲ ਖੜੀ ਹੈ ਜੀ ਅਨਾ ਡੀਐਮਕੇ ਨੇ ਜਵਾਬ ਦਿੱਤਾ ਵੀ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਕਰਦੇ ਨਹੀਂ ਹੂੰ ਹੂੰ ਇਹਦਾ ਮਤਲਬ ਹੈ ਕਿ ਫਿਰ ਉੱਥੇ ਵੀ ਜਿਹੜਾ ਜਿਹੜਾ ਇੰਡੀਆ ਗੱਠ ਜੁੜਾ ਬਹੁਤ ਤਕੜਾ ਹੈ ਤਕੜਾ ਹੈ ਉੱਥੇ ਉਹਨਾਂ ਨੇ ਪੈਰ ਨਹੀਂ ਲਗੜਦੇ ਨੇ ਅੱਗੇ ਤੁਸੀਂ ਦੇਖੋ ਵੀ ਜਿਹੜਾ ਤੇਲੰਗਾਨਾ ਆ ਗਿਆ ਤੇਲੰਗਾਨਾ ਦੇ ਵਿਚਾਲੇ ਡੀ ਕਾਂਗਰਸ ਆ ਚੁੱਕੀ ਹੈ ਹੂੰ ਹੂੰ ਇਹੀ ਜੇ ਆਪਾਂ ਦੇਖੀਏ ਤਾਂ ਲੇਟੈਸਟ ਜਿਹੜੀ ਹੁਣੀ ਪਿੱਛੇ ਜਿਹੇ ਇਲੈਕਸ਼ਨਾਂ ਹੋ ਕੇ ਹਟ ਗਏ ਹਨ ਹੂੰ ਹੂੰ ਕਰਨਾਟਕਾ ਦੀਆਂ ਉੱਥੇ ਕਾਂਗਰਸ ਪਾਰਟੀ ਆ ਗਈ ਹੈ ਹੁਣ ਮੱਧ ਭਾਰਤ ਤੋਂ ਦੱਖਣੀ ਭਾਰਤ ਤੱਕ ਦਾ ਜੇ ਆਪਾਂ ਸਿਲਸਿਲਾ ਦੇਖੀਏ ਤਾਂ ਅੰਦਾਜ਼ਾ ਲਾਓ ਕਿ ਅਬ ਕੀ ਬਾਰ 400 ਪਰ ਕਿਵੇਂ ਹੋਣਗੀਆਂ ਜੀ 370 ਸੀਟਾਂ ਦਾ ਕਹਿੰਦੇ ਭਾਰਤੀ ਜਨਤਾ ਪਾਰਟੀ ਜਿੱਤੂਗੀ ਹੂੰ ਹੂੰ ਤੇ ਭਾਰਤੀ ਜਨਤਾ ਪਾਰਟੀ ਦਾ 370 ਫਿਰ ਤਾਂ ਹੀ ਜਿੱਤ ਸਕਦੀ ਹੈ ਜੀ ਜੇ ਈਵੀ ਐਮ ਭਗਵਾਨੀ ਐ ਵੀ ਐਮ ਭਗਵਾਨ ਬਾਗੋ 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 ਜੀ ਜਾਈ ਐ ਵੀ ਐਮ ਭਗਵਾਨ ਨੂੰ ਪ੍ਰਸ਼ਾਦ ਚੜਾਇਆ ਚਲੋ ਜੋ ਮਰਜ਼ੀ ਕਰ ਰਹੇ ਹੋ ਐ ਵੀ ਐਮ ਜੀ ਜੀ ਸੋ ਬਹੁਤ ਬਹੁਤ ਸ਼ੁਕਰੀਆ ਤੇ ਸਭ ਮਿਹਰਬਾਨੀ ਸੋ ਪ੍ਰੋਗਰਾਮ ਸ਼ਾਮਾਂ ਦਾ ਇੱਥੇ ਹੀ ਸਮਾਪਤ ਕਰਨ ਦੀ ਅਗਾ ਚੌਣੇ ਜੁੜੇ ਰਹੋ ਰੇਡੀਓ ਪੰਜਾਬ ਟੂਡੇ